ਓਏ ਹੋਰ ਅਮਲੀਆ ਨਸ਼ੇ ਪੱਤੇ ਖਿੜੇ ਆ? ਨਸ਼ੇ ਪੱਤੇ ਤਾਂ ਖਿੜੇ ਆ, ਅੱਖ ਫਿਰਦੀਆਂ ਤਖਤੇ ਦੀ ਚੂਲ ਵਾਂਗੂ। ਓਏ ਹੋਰ ਪਿੰਡ ਦਾ ਹਾਲ ਸੁਣਾ, ਠੀਕ ਆ ਸਭ? ਪਿੰਡ ਦਾ ਹਾਲ ਤਾਂ ਠੀਕ ਹੈ, ਤੂੰ ਸੁਣਾ ਚੰਡੀਗੜ੍ਹ ਦੇ ਕੀ ਹਾਲ ਚਾਲ ਹੈ? ਉਹ ਚੰਡੀਗੜ੍ਹ ਦੇ ਤਾਂ ਠੀਕ ਹੈ, ਬਸ ਵਧੀਆ, ਉੱਥੇ ਤਾਂ ਭਰਾਵਾ ਨਜ਼ਾਰੇ ਹੀ ਹੁੰਦੇ ਆ। ਅੱਛਾ, ਚੰਡੀਗੜ੍ਹ ਦੇ ਨਜ਼ਾਰੇ? ਓਏ ਕੁਛ ਪੜ੍ਹ ਲਿਖ ਕੇ ਵੀ ਆਇਆ ਕਿ ਇਕੱਲੇ ਨਜ਼ਾਰੇ ਹੀ ਲੈ ਕੇ ਆ ਗਿਆ? ਓਏ ਜਿੰਨੀ ਕੁ ਮੈਨੂੰ ਲੋੜ ਸੀ ਮੈਂ ਪੜ੍ਹਿਆ ਆ, ਨਾਲੇ ਪੜ੍ਹਾਈ ਕਿਹੜਾ ਸਾਰੀ ਹੁਣ ਮੁੱਕਦੀ ਹੈ। ਮੁੱਕਦੀ ਤਾਂ ਨਹੀਂ, ਮੇਰੀ ਗੱਲ ਇੱਕ ਧਿਆਨ ਨਾਲ ਸੁਣ। ਤੂੰ ਆਪਦੇ ਵੱਡੇ ਭਰਾ ਕੱਤਰ ਦਾ ਹੱਥ ਵਟਾਈ ਕੰਮ ਕਾਰ ਦੇ ਵਿੱਚ। ਉਹ ਭਾਈ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਹੱਥੀ ਵਟਾਉਣਾ ਆਪਾਂ? ਹਾਂ, ਨਾਲੇ ਹੋਰ ਸੁਣ ਧਿਆਨ ਨਾਲ ਮੇਰੀ ਗੱਲ ਇੱਕ। ਆਪਦੇ ਮਾਂ ਪਿਓ ਦਾ ਸੁਪਨਾ ਸੱਚ ਕਰਕੇ ਦਿਖਾ ਦੀ ਪਿੰਡ ਵਾਲਿਆਂ ਨੂੰ। ਓਏ ਆਪਣੇ ਮਾਂ ਪਿਓ ਦਾ ਸੁਪਨਾ ਸੱਚ ਕਰਨ ਦਾ ਮੈਂ ਚੰਡੀਗੜ੍ਹ ਗਿਆ ਸੀ ਅਮਲੀਆ। ਚੰਗਾ ਮੈਂ ਚੱਲਦਾ ਯਾਰ। ਨਾਲੇ ਮੈਂ ਵੀ ਤਾਂ ਤੁਹਾਡੇ ਧੀਆਂ ਪੁੱਤਾਂ ਵਰ ਗਈ ਆ। ਚਲੋ ਖੈਰ, ਤੁਹਾਡੇ ਮਨ ਦੀ ਤਸੱਲੀ ਹੋਣੀ ਚਾਹੀਦੀ ਹੈ। ਆਪਣੇ ਢਿੱਡੋਂ ਜੰਮਿਆਂ ਦੀ ਤਾਂ ਕੁਛ ਗੱਲ ਹੀ ਹੋਰ ਹੁੰਦੀ ਹੈ। ਅੱਗੇ ਕੀ ਸੋਚਿਆ ਫਿਰ? ਬਸ ਸੋਚਿਆ ਤਾਂ ਬਈ ਇਹੀ ਹੈ ਕਿ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਤੇਰੇ ਨਾਲ ਬਾਹੀ ਚੱਦ ਬਿਠਾਊਂਗਾ। ਠੀਕ ਹੈ ਠੀਕ। ਬਈਆ ਫੌਜ ਕਿੱਧਰੋਂ ਤੁਰੀ ਆਉਂਦੀ ਹੈ? ਹੋ, ਇਹ ਤਾਂ ਬਈ ਲੱਗਦਾ ਹੈ ਸੁੱਖੇ ਤੇ ਤਾਰੀ ਵਰ ਗਿਆ, ਮੈਨੂੰ ਮਿਲਣ ਆਉਂਦੇ। ਦੇਖ ਲੈ ਯਾਰਾ, ਕਿਸੇ ਨੇ ਸਾਨੂੰ ਦੱਸਿਆ ਵੀ ਨਹੀਂ, ਸਾਨੂੰ ਪਤਾ ਵੀ ਲੱਗ ਗਿਆ ਕਦੋਂ ਪਿੰਡ ਆ ਗਿਆ। ਓਏ ਫਿਰ ਯਾਰ ਕਾਹਦੇ ਹੋਏ? ਚੰਗਾ ਵੀ ਜਵਾਨੋ, ਤੁਸੀਂ ਬੈਠੋ ਤੇ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣਾ। ਹੋਰ ਵੀ ਰੋਮੀ ਠੀਕ ਠਾਕ ਆ? ਹੋਰ ਸੁਣਾ ਬਾਈ, ਕਿੱਦਾਂ ਲੱਗਿਆ ਚੰਡੀਗੜ੍ਹ ਰਹਿਣਾ? ਬਸ ਠੀਕ ਹੀ ਲੱਗਿਆ, ਪਰ ਪਿੰਡ ਵਰਗੀ ਐਸ਼ ਨਹੀਂ ਉੱਥੇ। ਓਏ ਚੰਡੀਗੜ੍ਹ ਦੀਆਂ ਸੜਕਾਂ ਭਾਵੇਂ ਜਿੰਨੀਆਂ ਮਰਜ਼ੀ ਸਾਫ਼ ਹੋਣ, ਪਰ ਪਿੰਡ ਦੀਆਂ ਭਾਈਆਂ ਦੀ ਰੀਸ ਨਹੀਂ ਕਰਦੀਆਂ। ਪਰ ਉੱਥੋਂ ਦੀਆਂ ਕੁੜੀਆਂ ਦੀ ਰੀਸ ਪਿੰਡ ਵਾਲੀਆਂ ਕੁੜੀਆਂ ਵੀ ਨਹੀਂ ਕਰਦੀਆਂ। ਉਹ ਬਾਈ ਇਹ ਵੀ ਭੁਲੇਖਾ ਹੀ ਹੈ। ਖੈਰ ਗੱਲ ਤਾਂ ਸਹੀ ਆ ਬਾਈ ਜੱਗੀ ਦੀ, ਇਸ ਗੱਲ 'ਚ ਭੁਲੇਖਾ ਤਾਂ ਕੋਈ ਨਹੀਂ। ਓਏ ਹੁਣ ਤੁਸੀਂ ਸਾਰਾ ਕੁਛ ਮੈਥੋਂ ਹੀ ਪੁੱਛੀ ਜਾਓਗੇ ਕਿ ਕੁਛ ਪਿੰਡ ਬਾਰੇ ਵੀ ਦੱਸੋਗੇ? ਪਿੰਡ ਦਾ ਹਾਲ ਜੇ ਨਾ ਪੁੱਛੀ ਤਾਂ ਚੰਗਾ ਬਾਈ। ਨਾ ਪੁੱਛਿਆ ਮਤਲਬ? ਹਾਂ ਬਾਈ, ਪਿੰਡ ਨੂੰ ਕੁਛ ਕੁ ਬੰਦੇ ਖਰਾਬ ਕਰੀ ਜਾਂਦੇ ਆ। ਖਰਾਬ ਕਰੀ ਜਾਂਦੇ ਆ? ਕੌਣ ਖਰਾਬ ਕਰੀ ਜਾਂਦਾ? ਉਹ ਯਾਰ ਜਵਾਲਾ ਬੈਲੀ। ਜਵਾਲਾ? ਉਹਦੀ ਬਦਮਾਸ਼ੀ ਹਾਲੇ ਤੱਕ ਕਿਸੇ ਨੇ ਘੋਟੀ ਨਹੀਂ ਯਾਰ। ਹਰੇਕ ਜਿਤਾਲਾ ਬੰਦਾ ਇਹੀ ਸੋਚਦਾ ਕਿ ਜੇ ਗੰਦ ਨੂੰ ਛੇੜਾਂਗੇ ਤਾਂ ਛਿੱਟੇ ਹੀ ਪੈਣਗੇ। ਉਹ ਸਮਝਦਾ ਕਿ ਪਿੰਡ ਮੇਰੇ ਤੋਂ ਡਰਦਾ। ਕਮਾਲ ਆ ਯਾਰ, ਉਹ ਇੱਕ ਬੰਦੇ ਨੇ ਸਾਰੇ ਪਿੰਡ ਨੂੰ ਸੂਲੀ ਚਾੜਤਾ। ਮੈਂ ਉਹਦਾ ਪਿੰਡ ਦੀ ਸ਼ਾਮ ਲੜਦਾ ਵੀ ਬੈਠਾ ਤੇ ਹੋਰ ਵੀ ਸਰਕਾਰੀ ਨਿੱਕੀਆਂ ਮੋਟੀਆਂ ਥਾਵਾਂ ਤੇ ਕਬਜ਼ੇ ਕਰੀ ਜਾਂਦਾ। ਕਮਾਲ ਆ ਯਾਰ, ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ? ਹੁਣ ਐਕਸ਼ਨ ਲੈਣਾ ਤਾਂ ਹੀ ਤਾਂ ਤੇਰੇ ਕੋਲੇ ਆਏ ਆ ਬਾਈ। ਪਰ ਇਹਦੇ ਵਿੱਚ ਭਲਾ ਮੈਂ ਕੀ ਕਰ ਸਕਦਾ ਗਾ? ਅਸੀਂ ਸਾਰਿਆਂ ਨੇ ਰਾਏ ਕੀਤੀ ਆ ਬਾਈ ਕਿ ਤੈਨੂੰ ਕਲੱਬ ਦਾ ਪ੍ਰਧਾਨ ਬਣਾਇਆ ਜਾਵੇ। ਓਹ, ਮੈਨੂੰ ਯਾਰ ਇਹੋ ਜਿਹੇ ਚੱਕਰਾਂ 'ਚ ਨਾ ਪਾਓ, ਅਸੀਂ ਤੇਰੇ ਕੋਲ ਬੜੀ ਆਸ ਲੈ ਕੇ ਆਏ। ਸਾਡੇ 'ਚ ਮੂਹਰੇ ਲੱਗਣ ਵਾਲਾ ਕੋਈ ਨਹੀਂ ਹੈ, ਪਰ ਜੇ ਤੂੰ ਸਾਡੇ ਅੱਗੇ ਤੁਰੇ ਅਸੀਂ ਤੇਰੇ ਨਾਲ। ਅਸਲ ਗੱਲ ਤਾਂ ਯਾਰ ਇਹ ਹੈ, ਤੂੰ ਵਾਹਵਾ ਪੜ੍ਹਿਆ ਲਿਖਿਆ, ਕਿਸੇ ਅਫਸਰ ਵਗੈਰਾ ਨਾਲ ਗੱਲ ਕਰ ਸਕਦਾ। ਸਾਡਾ ਕੀ ਹੈ, ਮੌਕੇ 'ਤੇ ਗੱਲ ਔੜੇ ਕਿ ਨਾ ਔੜੇ? ਜਿਵੇਂ ਮਰਜ਼ੀ ਕਰ ਬਾਈ, ਪਰ ਅਸੀਂ ਤੈਨੂੰ ਕਲੱਬ ਦਾ ਪ੍ਰਧਾਨ ਬਣਾ ਕੇ ਰੱਖਾਂਗੇ। ਮਸਲਾ ਪਿੰਡ ਦਾ ਵੀ ਹੈ ਅਤੇ ਯਾਰੀ ਦੋਸਤੀ ਦਾ ਵੀ। ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ ਯਾਰ। ਮੇਰੀ ਭੈਣ ਤਾਈ ਜੀ ਜਿਉਂਦਾ ਰਹੇ ਪੁੱਤਰ, ਜਵਾਨੀਆਂ ਮਾਣੇ। ਹੋਰ ਤਾਈ ਜੀ, ਸਿਹਤ ਠੀਕ ਰਹਿੰਦੀ ਹੈ? ਠੀਕ ਹੀ ਆ ਪੁੱਤ, ਜਿਹੜੇ ਤੁਰੇ ਫਿਰਦੇ ਆ। ਹੋਰ ਤਾਈ, ਅਮਰੀਕਾ ਵਾਲਿਆਂ ਦੇ ਕੀ ਹਾਲ ਹੈ? ਠੀਕ ਹੀ ਹੋਣਗੇ ਪੁੱਤ,
ਪਹਿਲਾਂ ਤਾਂ ਉਹਨਾਂ ਦਾ ਫੋਨ ਫਾਨ ਜੇ ਆ ਜਾਂਦੇ ਸੀ, ਹੁਣ ਤਾਂ ਕਦੇ ਫੋਨ ਵੀ ਨਹੀਂ ਆਇਆ। ਵੈਸੇ ਤਾਂ ਜੀ ਹੋ ਤਾਂ ਕਲੀ ਨੂੰ ਤਾਂ ਇਹਨੂੰ ਔਖਾ ਹੀ ਜਾਂਦਾ। ਔਖਾ ਸੌਖਾ ਪੁੱਤ, ਵਕਤ ਤਾਂ ਕੱਟਣਾ ਹੀ ਪੈਂਦਾ ਗਾ। ਮੈਂ ਵੀ ਤਾਂ ਕੱਲ੍ਹ ਹੀ ਪਿੰਡ ਆਇਆ ਸੀ, ਪਹਿਲਾਂ ਤਾਂ ਮੈਂ ਸਵੇਰੇ ਹੀ ਆਉਂਦਾ ਸੀ, ਪਰ ਫਿਰ ਯਾਰ ਦੋਸਤ ਮਿਲਣ ਆ ਗਏ, ਬਸ ਵਿਹਲਾ ਹੋ ਕੇ ਹੁਣੇ ਆਇਆ। ਚੰਗਾ ਪੁੱਤ, ਆਪਦਿਆਂ ਨਾਲੋਂ ਤਾਂ ਤੂੰ ਹੀ ਚੰਗਾ, ਜਿਹੜਾ ਪਿੰਡ ਆ ਕੇ ਮੈਨੂੰ ਮਿਲ ਤਾਂ ਜਾਂਦਾ। ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਮੈਨੂੰ ਬੇਬੇ ਦੀ ਯਾਦ ਆਉਂਦੀ ਹੈ ਨਾ, ਬਸ ਫਿਰ ਮੈਨੂੰ ਤੇਰਾ ਘਰ ਹੀ ਲੱਭਦਾ। ਜੀ ਆਇਆਂ ਨੂੰ ਪੁੱਤਰਾ, ਜੀ ਆਇਆਂ ਨੂੰ। ਨਾਲੇ ਪੁੱਤ, ਇੰਨੇ ਨਾਲ ਮੇਰਾ ਵੀ ਮਨ ਹੌਲਾ ਹੋ ਜਾਂਦਾ। ਲੈ, ਮੈਂ ਤਾਂ ਗੱਲਾਂ ਗੱਲਾਂ 'ਚ ਚਾਹ ਪਾਣੀ ਪੁੱਛਣਾ ਭੁੱਲ ਗਈ। ਨੀ ਮੀਤਾ। ਹਾਂ ਮਾਸੀ। ਅਮਰ ਵਾਸਤੇ ਚਾਹ ਲੈ ਕੇ ਆ। ਹੁਣੇ ਲਿਆਈ ਮਾਸੀ। ਤਾਈ, ਇਹ ਕੁੜੀ ਕੌਣ ਹੈ? ਇਹ ਮੇਰੀ ਭੈਣ ਜੀ ਹੈ ਪੁੱਤ, ਬੜੀ ਸਿਆਣੀ ਆ, ਬੜਾ ਨਿੱਘਾ ਸੁਭਾਅ। ਮੇਰਾ ਕੱਲੀ ਦਾ ਜੀ ਜਾ ਨਹੀਂ ਸੀ ਲੱਗਦਾ, ਇਹਨੂੰ ਮੈਂ ਕੋਲ ਬੁਲਾ ਲਿਆ। ਤਾਈ, ਚਾਹ ਬੜੀ ਸਵਾਦ ਬਣਾਈ ਹੈ। ਇਹ ਤਾਂ ਸਾਰਾ ਦਾਲ ਪਾਣੀ ਬਹੁਤ ਵਧੀਆ ਬਣਾਉਂਦੀ ਹੈ। ਚੰਗਾ ਤਾਈ, ਮੈਂ ਹੁਣ ਚੱਲਦਾ, ਕੱਲ ਆਊਂਗਾ। ਅਸੀਂ ਕੱਲ ਨੂੰ ਤੁਹਾਨੂੰ ਮਾਲ ਪੂੜੇ ਖਵਾਵਾਂਗੇ। ਬਈ ਬੱਲੇ, ਫਿਰ ਤਾਂ ਸਵਾਦ ਹੀ ਆ ਜਾਊ। ਹੁਣੇ ਲਾ ਲਾ ਨਾ ਸਿੱਟੀ, ਜਾ ਕੱਲ ਨੂੰ ਆ ਜੀ। ਓਕੇ 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 ਓਕੇ। ਬਈ, ਆਹ ਪਿੰਡ ਦੇ ਮੁੰਡਿਆਂ ਨੇ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਗਾ। ਆਹ ਪਿੰਡ ਦੇ ਲੋਕ ਕਿੰਨੇ ਕਿੰਨੀ ਜ਼ਮੀਨ ਰੋਕੀ ਬੈਠੇ ਸੀ, ਇਹ ਤਾਂ ਹੁਣ ਪਤਾ ਲੱਗਿਆ ਗਾ। ਅਮਰੀਆ, ਸਾਰਿਆਂ ਤੋਂ ਵੱਧ ਤਾਂ ਜਵਾਲਾ ਹੀ ਦੱਬੀ ਬੈਠਾ ਸੀ। ਓਏ ਜਵਾਲਾ ਤਾਂ ਕੀ, ਜਵਾਲੇ ਦਾ ਤਾਂ ਪਿਓ ਵੀ ਛੱਡਦਾ ਧਰਮ ਨਾਲ। ਓਏ ਤਾਂ ਭਾਈ 71 ਸਿਉਂ ਦੇ ਭਰਾ ਅਮਰ ਕਰਕੇ ਹੋਇਆ ਸਾਰਾ ਕੁਛ। ਓਏ ਸੱਦ ਕੇ ਜਾਈਏ ਮਾਂ ਦੇ ਪੁੱਤ ਦੇ, ਮੁੰਡਾ ਭਾਵੇਂ ਚੰਡੀਗੜ੍ਹ ਪੜਿਆ ਪਰ ਉਹਨੇ ਪਿੰਡ ਦਾ ਮੋਹ ਨਹੀਂ ਛੱਡਿਆ ਗਾ। ਓਏ ਭਲਾ ਉਹ ਗੁੱਜਰ ਤੁਰਿਆ ਆਉਂਦਾ ਗਾ। ਹਾਂ ਅਮਲੀਆ, ਲੱਗਦਾ ਤਾਂ ਗੁੱਜਰ ਹੀ ਹੈ। ਲਾਏ ਨੇ ਤਾਂ ਨਾ ਸੱਟੇ ਜੀ ਘਰ ਪੱਟ ਲਿਆ, 15 ਕਿੱਲੇ ਜ਼ਮੀਨ ਸੀ ਜਿਹੜੀ ਸੱਟੇ 'ਚ ਗਾਲਤੀ ਨੇ। ਸਿਆਣਿਆਂ ਨੇ ਸੱਚ ਕਿਹਾ ਗਾ ਵੀ ਸੱਟੇ ਨੇ ਘਰ ਪੱਟੇ। ਓਏ ਅਮਲੀਆ, ਚੁੱਪ ਕਰ, ਉਹ ਨੇੜੇ ਆ ਗਿਆ। ਉਹ ਕਿਉਂ ਗੁਜਰਾ ਮੁਦਿਆ ਘੜੇ 'ਚ ਘੜਾ? ਓਏ ਅਮਲੀਆ, ਜਿੱਦੇ ਮੇਰਾ ਨੰਬਰ ਪੈ ਗਿਆ ਨਾ, ਸਾਰੇ ਪਿੰਡ ਦੇ ਮੂੰਹ 'ਚ ਉਂਗਲਾਂ ਪਵਾ ਦੂੰ ਉਂਗਲਾਂ। ਨਾ ਉਂਗਲਾਂ 'ਤੇ ਸ਼ਾਇਦ ਲੱਗਿਆ ਗਾ। ਓਏ ਸਿੱਧੇ ਦਿਨ ਤਾਂ ਆ ਕੇ ਮੁੜ ਗਏ ਗੁਜਰਾ, 15 ਕਿੱਲੇ ਜ਼ਮੀਨ ਤਾਂ ਗਾਲੀ ਗਾਲੀ ਆ, ਨਾਲ ਬੰਦ ਤੋਂ ਵੀ ਭਜਾਲੀ ਤੂੰ। ਮੇਰੇ ਘਰ ਤੱਕ ਨਾ ਜਾ ਅਮਲੀਆ, ਮੇਰੇ ਨਾਲ ਗੱਲ ਕਰ, ਮੇਰੇ ਨਾਲ। ਲਓ ਕਰ ਲਓ ਗੱਲ, ਅਗੇ ਖੋਤੇ ਨੂੰ ਦਿੱਤਾ ਲੂਣ, ਕਹਿੰਦਾ ਪਤੰਦਰੋਂ ਮੇਰੀ ਤਾਂ ਆਖੀ ਭੰਨਤੀ। ਓਏ ਹਜੇ ਵੀ ਤੇਰਾ ਟਾਈਮ ਹੈ ਗੁਜਰਾ, ਸੁਧਰ ਜਾ, ਹਜੇ ਵੀ ਸੁਧਰਨ ਦਾ ਟਾਈਮ ਹੈ ਤੇਰਾ। ਉਹ ਅਮਲੀਆ, ਮੈਂ ਕੋਈ ਐਵੇਂ ਨਹੀਂ ਤੁਰਿਆ ਫਿਰਦਾ, ਬਾਬੇ ਦਾ ਹੱਥ ਹੈ ਮੇਰੇ ਸਿਰ 'ਤੇ ਹੱਥ। ਓਏ ਪਹਿਲਾਂ ਬਾਬਾ ਆਪਦੇ ਤਾਂ ਦਿਨ ਸਿੱਧੇ ਕਰ ਲੈ, ਐਵੇਂ ਲੋਕਾਂ ਨੂੰ ਮਗਰ ਲਾਈ ਫਿਰਦਾ। ਬਾਬਾ ਜੀ ਨੂੰ ਨਾ ਬੋਲ ਅਮਲੀਆ, ਕੋਈ ਸ਼ਰਾਫ ਲਵਾ ਕੇ ਬਹਿ ਜਾਏਗਾ ਸ਼ਰਾਫ। ਓਏ ਅੱਗੇ ਹੀ ਅਸੀਂ ਤਾਂ ਨਸ਼ੇ ਦੇ ਸ਼ਰਾਫੇ ਫਿਰਦੇ ਹਾਂ, ਜਿਹੜਾ ਸਾਡੇ ਹੱਡੀ ਰਜਿਆ ਪਿਆ, ਇਹਦੂ ਵੱਧ ਸਾਨੂੰ ਸ਼ਰਾਫ ਕੀ ਲੱਗ ਜੂ। ਮੈਨੂੰ ਲੇਟ ਨਾ ਕਰਾ ਅਮਲੀਆ, ਜਾ ਕੇ ਬਾਬਾ ਜੀ ਦੀ ਸੇਵਾ ਕਰਨੀ ਹੈ, ਸੇਵਾ ਮੈਂ। ਆਹੋ ਭਾਈ, ਕਰ ਲਾ ਬਾਬੇ ਦੀ ਸੇਵਾ, ਨਾਲੇ ਲਈ ਚੱਲ ਪੁੱਠੀਆਂ ਸਿੱਧੀਆਂ ਗਾਲਾਂ ਤੇ ਬਣਾਈ ਚੱਲੀ ਸੱਟੇ। Oh,
ਕਿਵੇਂ ਬਈ? ਅੱਜ ਬੜੀਆਂ ਡੂੰਘੀਆਂ ਸੋਚਾਂ 'ਚ ਡੁੱਬੇ ਬੈਠੇ ਹੋ। ਕੁਛ ਨਾ ਮਤੀਆ, ਅੰਦਰ ਅੱਗ ਜੀ ਲੱਗੀ ਪਈ ਆ। ਓਏ ਓਏ ਜੀਨੇ ਬਾਈ, ਤੇਰੇ ਅੰਦਰ ਅੱਗ ਲਾਈ ਹੈ, ਉਹਦੇ ਆਪਾਂ ਘਰ ਨੂੰ ਹੀ ਨਾ ਅੱਗ ਲਾ ਦਈਏ। ਅੱਗ ਤਾਂ ਜ਼ਰੂਰ ਲਾਵਾਂਗੇ ਮਤੀਆ, ਪਰ ਐਸੀ ਅੱਗ ਲਾਵਾਂਗੇ ਕਿ ਦੁਸ਼ਮਣ ਦਾ ਘਰ ਵੀ ਜਲ ਜਾਏ ਤੇ ਧੂੰਹਾਂ ਵੀ ਨਾ ਨਿਕਲੇ। ਹੋਏ ਇਹਨਾਂ ਨੇ ਬਾਈ ਆਪਣੇ ਤੇ ਦੂਜਾ ਵਾਰ ਕੀਤਾ। ਜੇਕਰ ਕੱਤਰ ਤੇ ਅਮਰ ਨੂੰ ਸਬਕ ਨਾ ਸਿਖਾਇਆ ਤਾਂ ਇਹਨਾਂ ਨੂੰ ਵੀ ਪਤਾ ਕੀ ਲੱਗੂ। ਸਬਕ ਤਾਂ ਮੈਂ ਉਹਨਾਂ ਨੂੰ 15 ਸਾਲ ਪਹਿਲਾਂ ਹੀ ਸਿਖਾ ਦੇਣਾ ਸੀ ਜਦੋਂ ਇਹਨਾਂ ਨੇ ਮੇਰੀ ਮੰਗ ਵਿਆਹੀ ਸੀ, ਪਰ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਸੀ। ਮੈਂ ਸੁਣਿਆ ਬਾਈ ਰਿਸ਼ਤੇ ਵਾਲੇ ਆਪ ਹੀ ਮੁੜ ਗਏ ਸੀ। ਆਪ ਨਹੀਂ ਮੱਦੀ, ਆਪ ਨਹੀਂ ਮੁੜੇ ਸੀ, ਕਿਸੇ ਕੰਜਰੀ ਦੇ ਪੁੱਤ ਨੇ ਭਾਨੀ ਮਾਰੀ ਸੀ। ਅੱਗੇ ਜਵਾਲਾ ਵੈਲੀ ਮੁੰਡਾ, ਇੱਥੇ ਨਾ ਫਸੋ। ਤੇ ਫਿਰ ਉਹ ਸਾਕ ਦੇਣੇ ਕੱਤਰ ਨੂੰ ਸਾਕ ਕਰ ਗਏ। ਉਹ ਤਾਂ ਲੱਗਦਾ ਬਾਈ ਕੱਤਰ ਦੇ ਪਿਓ ਨੀ ਭਾਨੀ ਮਾਰੀ ਹੋਊ। ਲੱਗਦਾ ਕੀ ਹੈ, ਉਸੇ ਬੁੜੇ ਨੇ ਮੇਰਾ ਵਾਜਦਾ ਵਾਜਦਾ ਘਰ ਪੱਟਤਾ ਸੀ, ਪਰ ਹੁਣ ਬੁੜਿਆ ਤੂੰ ਨਰਕਾਂ 'ਚ ਬੈਠਾ ਦੇਖੀ ਜਾਈ, ਤੇਰੇ ਪੁੱਤਰਾਂ ਨਾਲ ਬਣਦਾ ਕੀ ਹੈ। ਪਹਿਲਾਂ ਤੇਰੀ ਮੰਗ ਤੇ ਫਿਰ ਦੱਬੀ ਸ਼ਾਮ ਲਾਟ ਖੋਲੀ ਬਾਈ। ਇਹਦੇ ਲਈ ਤਾਂ ਬਾਈ ਕੋਈ ਘੈਂਟ ਜਿਹਾ ਤਰੀਕਾ ਸੋਚੋ, ਕੋਈ ਐਸਾ ਫੱਟ ਲਾਈ ਬਾਈ ਜਿਹੜਾ ਦੋਨੇ ਭਾਈ ਹੱਥ ਲਾ ਲਾ ਕੇ ਵੇਖਣ। ਇਹਦੇ ਲਈ ਤਾਂ ਕੋਈ ਵੱਢ ਖਾਣਾ ਤਰੀਕਾ ਹੀ ਸੋਚਾਂਗੇ। ਬਾਈ ਕਤਰਾ, ਇੱਕ ਗੱਲ ਸੁਣ ਕੇ ਜਾਈ ਭਰਾ ਬਣ ਕੇ। ਤੇਰੀ ਗੱਲ ਸੁਣਨੀ ਤਾਂ ਨਹੀਂ ਚਾਹੀਦੀ ਸੀ ਜਵਾਲਿਆ, ਪਰ ਹਾਂ ਦੱਸ ਕੀ ਆ ਚਾਹ? ਆਹ ਤਾਂ ਤੇਰੇ ਵਾਲੇ ਛੋਟੇ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਬਾਈ, ਆ ਜਿਹੜੀ ਮੈਥੋਂ ਸ਼ਾਮ ਲਾਟ ਛਡਾ ਲਈ। ਬਈ ਤੇਰਾ ਨੁਕਸਾਨ ਹੋਇਆ, ਕੋਈ ਫਾਇਦਾ ਤਾਂ ਨਹੀਂ, ਜਿਹੜਾ ਖੁਸ਼ ਹੋਈ ਜਾਂਦਾ। ਮੇਰਾ ਕਾਹਦਾ ਨੁਕਸਾਨ ਹੈ ਬਾਈ, ਮੇਰਾ ਕੀ ਸੀ ਉਹਦੇ 'ਚ, ਸਾਰਿਆਂ ਦੀ ਸਾਂਝੀ ਸ਼ਾਮ ਲਾਟ ਸੀ। ਹੈ ਘੱਟੋ ਘੱਟ ਛੋਟੇ ਭਾਈ ਨੇ ਮੇਰਾ ਪਾਪ ਤਾਂ ਘੱਟ ਕਰਤਾ। ਇਹ ਤਾਂ ਤੂੰ ਦੱਬਣ ਵੇਲੇ ਸੋਚਣਾ ਸੀ ਜਵਾਲਿਆ, ਹੁਣ ਕੀ ਫਾਇਦਾ? ਉਦੋਂ ਖੌਰਾ ਮੇਰੀ ਅਕਲ ਕਿੱਥੇ ਗਈ ਸੀ ਯਾਰ, ਮੇਰਾ ਕੀ ਹੈ ਇਸ ਦੁਨੀਆ 'ਤੇ, ਮੈਂ ਤਾਂ ਐਵੇਂ ਪਾਪ ਦਾ ਭਾਗੀ ਬਣਿਆ। ਕਿਉਂਕਿ ਨਾ ਬਾਈ, ਚੱਲ ਠੀਕ ਹੈ ਹੁਣ ਮੇਰਾ ਰਾਹ ਛੱਡ। ਬਾਈ ਐਂ ਨਹੀਂ ਗੱਲ ਬਣਦੀ, ਪਹਿਲਾਂ ਮੈਨੂੰ ਮਾਫ਼ ਕਰ ਦੇ। ਉਹ ਜਵਾਲਿਆ, ਜੇ ਮਾਫ਼ੀ ਮੰਗਣੀ ਹੈ ਤਾਂ ਇਹਨਾਂ ਪਿੰਡ ਵਾਲਿਆਂ ਤੋਂ ਮੰਗ ਜਿਨ੍ਹਾਂ ਦਾ ਤੂੰ ਗੁਨਾਹਗਾਰ ਹੈ, ਗੁਨਾਹਗਾਰ। ਦੇਖ ਬਾਈ, ਆਹ ਗੱਲ ਤੇਰੀ ਮਾੜੀ ਹੈ, ਤੂੰ ਚਾਹੇ ਮੇਰੇ 20 ਛੱਤਰ ਮਾਰ ਲੈ, ਪਰ ਸਾਰੇ ਪਿੰਡ ਤੋਂ ਮਾਫ਼ੀ ਨਹੀਂ ਮੰਗੀ ਜਾਂਦੀ। ਨਾਲੇ ਯਾਰ ਜੇ ਤੂੰ ਮੈਨੂੰ ਚੰਗਾ ਸਮਝੇਗਾ, ਆਪੇ ਸਾਰਾ ਪਿੰਡ ਮੈਨੂੰ ਚੰਗਾ ਸਮਝੂ। ਹੈ ਉਹ ਛੱਡ ਪਰੇ, ਕੀਤਾ ਹੀ ਪਿਆ ਮਾਫ਼, ਮੈਨੂੰ ਜਾਣ ਦੇ। ਐਂ ਨਾ ਕਰ ਬਾਈ ਕਤਰਾ, ਤੂੰ ਵੱਡਾ ਬਾਈ ਆ ਮੇਰਾ, ਮੰਨ ਵੀ ਲੈ ਯਾਰ। ਚੱਲ ਜਾ ਫਿਰ, ਮਾਫ਼ ਕੀਤਾ, ਅੱਗੇ ਤੋਂ ਸਿਆਣਾ ਬਣ ਜਾ ਸਿਆਣਾ। ਆਹੋ ਹੀ ਨਾ ਬਾਈ, 1 ਲੱਖ ਰੁਪਏ ਦੀ ਗੱਲ ਹੈ। ਦੇਖ ਬਾਈ, ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਇਸ ਖੁਸ਼ੀ 'ਚ ਪਾਰਟੀ ਸ਼ਾਰਟੀ ਕਰਨੀ ਆ। ਹਾਂ ਦੱਸ ਕਾਹਦੀ ਪਾਰਟੀ ਕਰਦਾ ਹੈ? ਭੋਲੀਆਂ ਗੱਲਾਂ ਕਰਦਾ ਬਾਈ, ਹੱਥੇ 'ਚ ਬਹਿ ਕੇ 2-2 ਹਾੜੇ ਲਾਉਣੇ ਆ ਬਸ। ਬਈ ਮੈਂ ਤਾਂ ਛੱਡੀ ਹੋਈ ਆ ਜਵਾਲਿਆ। ਛੱਡੀ ਹੋਈ ਹੈ? ਐਂ ਕਰ, ਮੇਰੇ ਕਹਿਣ 'ਤੇ ਅੱਜ 2 ਪੈਗ ਅੰਦਰ ਨੂੰ ਕਰਕੇ ਛੱਡ ਦੇ। ਚੱਲ ਕਿਤੇ ਫੇਰ ਸਹੀ ਜਵਾਲਿਆ। ਉਹ ਨਹੀਂ ਬਾਈ, ਦੇਖ ਤੂੰ ਮੇਰਾ ਗੁਨਾਹ ਬਖਸ਼ਿਆ, ਹੁਣ ਰੱਬ ਤੈਨੂੰ ਮੁੰਡਾ ਦੇਊਗਾ। ਮੁੰਡਾ ਤਾਂ ਤੈਨੂੰ ਮੈਂ ਬਖਸ਼ੂਗਾ। ਤਾਈ, ਓ ਤਾਈ, ਓ ਤਾਈ ਜੀ, ਅਮਰ ਤੂੰ ਕੱਲੀ ਤਾਈ ਨੂੰ ਮਿਲਣ ਆਇਆ ਸੀ? ਨਾ, ਹੋਰ ਮੈਂ ਤਾਈ ਦੀ ਭਾਣਜੀ ਨੂੰ ਮਿਲਣ ਆਇਆ ਸੀ। ਕਿਉਂ, ਮਹਿਮਾਨ ਨਵਾਜ਼ੀ ਸਾਨੂੰ ਵੀ ਆਉਂਦੀ ਹੈ। ਓ ਵੇਖੀ ਵੇਖੀ, ਗੁੱਸਾ ਨਾ ਕਰ ਜੀ, ਮੈਂ ਤਾਂ ਉਹੀ ਤੇਰਾ ਸੁਭਾਅ ਵੇਖਦਾ ਸੀ, ਕਿਤੇ ਬੜਾ ਗਰਮ ਤਾਂ ਨਹੀਂ? ਚੰਦਰਿਆ, ਸਿਰ ਤੋਂ ਲੈ ਕੇ ਪੈਰਾਂ ਤੱਕ ਸੀਤ ਕਰਤਾ, ਹੁਣ ਕਿਹੜੀ ਗਰਮੀ
ਤੇ ਕਿਹੜੀ ਆਕੜ ਰਹਿ ਗਈ? ਮੀਤਾ ਇੱਕ ਗੱਲ ਕਹਿਣੀ ਸੀ ਤੈਨੂੰ। ਕਹਿਣਾ, ਚੁੱਪ ਕਿਉਂ ਖੜਾ? ਅਸਲ ਵਿੱਚ ਗੱਲ ਬਹੁਤ ਵੱਡੀ ਹੈ ਪਰ ਲਫ਼ਜ਼ ਬਹੁਤ ਥੋੜੇ ਨੇ। ਗੱਲ ਜਿੰਨੀ ਮਰਜ਼ੀ ਵੱਡੀ ਹੋਵੇ ਕਹਿਣ ਵਾਲੇ 'ਚ ਦਮ ਹੋਣਾ ਚਾਹੀਦਾ। ਮੀਤਾ ਤੇਰਾ ਸੁਭਾਅ ਬਹੁਤ ਵਧੀਆ ਤੇ ਤੂੰ ਸੋਹਣੀ ਵੀ ਬਹੁਤ ਹੈ। ਮੈਂ ਤੂੰ ਹੁਣ ਨਜ਼ਰ ਲਾਉਣੀ ਹੈ। ਨਜ਼ਰ ਵੀ ਸੋਹਣੀ ਚੀਜ਼ ਨੂੰ ਲੱਗਦੀ ਹੈ, ਹਰ ਇੱਕ ਨੂੰ ਤਾਂ ਨਜ਼ਰ ਵੀ ਨਹੀਂ ਲੱਗਦੀ। ਚੰਗਾ ਚੰਗਾ, ਗੱਲ ਘੁਮਾ ਕੇ ਕਿਸੇ ਹੋਰ ਪਾਸੇ ਨਾ ਲੈ ਕੇ ਜਾ, ਉਸੇ ਗੱਲ 'ਤੇ ਆ। ਮੀਤਾ ਤੂੰ ਮੇਰਾ ਸਾਥ ਦੇਵੇਂਗੀ ਨਾ? ਮੇਰੇ ਮੂੰਹ ਦੀ ਗੱਲ ਖੋ ਕੇ ਮੈਂ ਤੂੰ ਪੁੱਛੀ ਜਾਂਦਾ। ਸਦੀ ਜੇ ਕੋਈ ਗੱਲ ਹੋਵੇ ਮੈਂ ਬਣ ਜਾਵਾਂ ਤੇਰੇ ਆਪੇ ਦਾ ਪਰਛਾਵਾਂ ਨੀ, ਇੱਕ ਪਲ ਵੀ ਤੈਥੋਂ ਦੂਰ ਕਦੇ ਨਾ ਜਾਵਾਂ ਨੀ। ਬਈ ਮੈਂ ਸੁਣਿਆ ਜਵਾਲਾ ਤੇ ਕੱਤਰ ਦੋਨੇ ਬੈਠੇ ਹੱਥੇ 'ਚ ਦਾਰੂ ਪੀ ਜਾਂਦੇ ਸੀ, ਕੋਈ ਅਣਹੋਣੀ ਹੋਣ ਵਾਲੀ ਹੈ? ਓਏ ਕਾਹਨੂੰ ਐਵੇਂ ਲੋਕਾਂ ਦੀਆਂ ਚੁਗਲੀਆਂ ਕਰੀ ਜਾਂਦੇ ਹੋ? ਆਹ ਅਖਬਾਰ ਦੀ ਖਬਰ ਸੁਣੋ, ਆ ਇੱਕ ਅਣਹੋਣੀ ਹੋ ਰਹੀ ਹੋਗੀ। ਉਹ ਕੀ ਭਚਾਲ ਆ ਗਿਆ? ਇੱਕ ਕਿਸਾਨ ਨੇ ਕੰਬਾਈਨ ਦੀ ਵੱਡੀ ਕਣਕ ਨੂੰ ਲਾਤੀ ਅੱਗ, ਬਈ ਛੇਤੀ ਰੌਣੀ ਕਰ ਲਾਂਗੇ, ਅਤੇ ਅਚਾਨਕ ਆ ਗਈ ਹਨੇਰੀ ਅਤੇ ਅੱਗ ਨਾਲ ਦੀਆਂ ਖੜੀਆਂ ਕਣਕਾਂ ਨੂੰ ਪੈ ਗਈ, ਅਤੇ ਜਦੋਂ ਤਾਈਂ ਅੱਗ 'ਤੇ ਕਾਬੂ ਕੀਤਾ ਪੂਰਾ 200 ਕਿੱਲਾ ਸੜ ਕੇ ਸਵਾਹ ਹੋ ਗਿਆ। ਹੁਣ ਨਾਲੇ ਤਾਂ ਉਸ ਖਿਲਾਫ਼ ਹੋਊਗੀ ਕਾਨੂੰਨੀ ਕਾਰਵਾਈ ਅਤੇ ਨਾਲੇ ਪਊਗਾ ਜੁਰਮਾਨਾ। ਲਓ ਬਈ ਇਹ ਤਾਂ ਮਾਂਜਿਆ ਗਿਆ ਕੂਕਿਆਂ ਦੇ ਡੋਲੋਂ। ਇਹ ਅਗਲੀਆਂ ਨਾ ਤੇਰੀ ਸੁਣਾ ਨੇ ਗੱਲ ਸੱਚੀ, ਜਿਹੜਾ ਕਰੂ ਉਹੀ ਭਰੂ। ਓਏ ਹੋਰ ਤਾਂ ਹੋਰ, ਅਨਾਜ ਦਾ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਹੈ, ਉੱਤੋਂ ਪ੍ਰਦੂਸ਼ਣ ਕਿੰਨਾ ਵਾਧਾ ਇਸ ਨਾਲ। ਮੈਂ ਤਾਂ ਕਹਿਣਾ ਜਿਹੜਾ ਟਾਂਗਰ ਨੂੰ ਅੱਗ ਲਾਉਂਦਾ ਫੜ ਕੇ ਸਿੱਧਾ ਜੇਲ੍ਹ 'ਚ ਧੱਕ ਦੇ। ਉਹ ਕਿਉਂ ਜੱਟਾਂ ਨੂੰ ਜੇਲ੍ਹਾਂ 'ਚ ਧੱਕਣ ਦੀਆਂ ਗੱਲਾਂ ਕਰਦੇ ਹੋ? ਜੱਟ ਤਾਂ ਪਹਿਲਾਂ ਹੀ ਰਾਸ ਨਹੀਂ ਆਉਂਦੇ। ਨਾ ਅੱਗ ਕਿਹੜਾ ਕੋਈ ਬਾਂਹ ਫੜ ਕੇ ਲਵਾਉਂਦਾ, ਨਾ ਲਾਉਣਾ। ਅੱਗ ਕਿਹੜਾ ਚਾਹ ਨੂੰ ਲਾਉਂਦੇ ਆ, ਇਹ ਤਾਂ ਜੱਟਾਂ ਦੀ ਮਜ਼ਦੂਰੀ ਹੈ। ਇੱਕ ਤਾਂ ਡੀਜ਼ਲ ਕਿੰਨਾ ਮਹਿੰਗਾ ਕਰਤਾ ਸਰਕਾਰ ਨੇ, ਬਾਕੀ ਕਰਜ਼ੇ ਵਾਹੁਣ ਨੂੰ ਟਰੈਕਟਰ ਵੀ ਤਾਂ ਵੱਡੇ ਚਾਹੀਦੇ ਹੈ। ਆਹ ਗੱਲ ਜਮਾਂ ਤੇਰੀ ਠੀਕ ਆ, ਇਹਦਾ ਹੱਲ ਤਾਂ ਹੋ ਸਕਦਾ ਹੈ ਜੇ ਸਰਕਾਰ ਕਰੇ ਤਾਂ। ਨਾ ਤੇਰਾ ਖਿਆਲ ਹੈ, ਸਰਕਾਰ ਕਰਜ਼ੇ ਆਪ ਬਾਹੇ। ਓਏ ਆਪ ਨਹੀਂ ਅਮਲੀਆ,
ਇਹ ਕੰਮ ਕਿਸੇ ਢੰਗ ਨਾਲ ਕੀਤਾ ਜਾ ਸਕਦਾ ਹੈ। ਸਰਕਾਰ ਸੁਸਾਇਟੀਆਂ ਨੂੰ ਵੱਡੇ ਟਰੈਕਟਰ ਦੇਵੇ, ਡੀਜ਼ਲ 'ਤੇ ਸਬਸਿਡੀ ਦੇਵੇ, ਫਿਰ ਕਿਉਂ ਨਾ ਮਸਲਾ ਹੱਲ ਹੋਵੇ। ਬਾਈ ਇਹ ਪੰਜਾਬ ਹੈ, ਅਮਰੀਕਾ ਨਹੀਂ। ਉਹ ਇਸੇ ਗੱਲ ਦਾ ਤਾਂ ਰੋਣਾ ਹੈ, ਖਬਰਾਂ ਕੀ ਬਣਨਾ ਮੇਰੇ ਪੰਜਾਬ ਦਾ। ਓਏ ਜੋ ਸਾਰਿਆਂ ਦਾ ਬਣੂ ਉਹੀ ਆਪਣਾ ਬਣ ਜੂਗਾ, ਤੂੰ ਤਾਂ ਐਵੇਂ ਬਸ ਦਿਮਾਗ 'ਤੇ ਬੋਝ ਪਾਈ ਜਾਂਦਾ। ਬਾਈ ਕਤਰਾ ਜੀਣ ਦਾ ਸਵਾਦ ਹੀ ਹੋਣਾ, ਉਹ ਕਿਵੇਂ ਬਾਈ ਐਵੇਂ ਲੋਕਾਂ ਨਾਲ ਵੈਰ ਬੰਨਦੇ ਰਹੇ, ਮੂੰਹ ਮੋਟਾ ਕਰਕੇ ਤੁਰੇ ਫਿਰੇ, ਬਈ ਘੁਲ ਮਲ ਕੇ ਜੀਣਾ ਕਿੰਨਾ ਚੰਗਾ ਲੱਗਦਾ ਹੈ। ਇਹ ਦਾਰੂ ਵੀ ਸਾਲੀ ਮਹਿਫਲਾਂ 'ਚ ਜਚਦੀ ਹੈ ਬਾਈ, ਊਂ ਇਹਦੇ 'ਚ ਨਸ਼ਾ ਨਿਸ਼ਾਨੀ ਵਾਲਾ ਹੁੰਦਾ। ਉਹ ਸਹੀ ਗੱਲ ਹੈ ਬਾਈ, ਤਾਂ ਹੀ ਤਾਂ ਗਵਈਏ ਕਹਿੰਦੇ ਹੈ ਮਹਿਫਲਾਂ 'ਚ ਬਹਿ ਕੇ ਆਉਂਦਾ ਪੀਣ ਦਾ ਨਜ਼ਾਰਾ। ਆ ਤਾਂ ਬਾਈ ਤੂੰ ਜਮਾ ਰੇਖ 'ਚ ਮੇਖ ਲਾਤੀ, ਰੇਖ 'ਚ ਮੇਖ। ਰੇਖ 'ਚ ਮੇਖ ਤਾਂ ਹਜੇ ਲੱਗੀ ਨਹੀਂ। ਕੁਛ ਕਿਹਾ ਬਾਈ? ਓ ਨਹੀਂ ਬਾਈ, ਤੂੰ ਪੈਗ ਲਾ ਪੈਗ, ਭੈਣ ਦੀ ਖੰਡ ਮਿਸ਼ਰੀ ਮਰਾਉਣ ਲੋਕ ਹੈ। ਤੂੰ ਬਾਈ ਮੇਰਾ ਯਾਰ ਹੈ ਚਾਹੇ ਭਰਾ ਕਹਿ ਲਾ, ਤੂੰ ਤਾਂ ਬਾਈ ਭਰਾਵਾਂ ਤੋਂ ਵੀ ਵੱਧ ਹੈ। ਨਾਲੇ ਭਰਾ ਤਾਂ ਬਾਈ ਵੱਡੇ ਹੋ ਕੇ ਸ਼ਰੀਕ ਬਣ ਜਾਂਦੇ ਹੈ, ਤੇ ਤੂੰ ਤਾਂ ਉਹ ਵੀ ਨਹੀਂ ਬਣਨਾ। ਜਮਾ ਸੱਤ ਹੈ ਬਾਈ ਤੇਰੀ ਗੱਲ, 16 ਨੇ ਸੱਚ ਹੈ, ਭਰਾਵਾਂ ਨੇ ਤਾਂ ਸ਼ਰੀਕ ਬਣਨਾ ਹੀ ਬਣਨਾ। ਜੇ ਆਪ ਨਾ ਬਣਨ ਤਾਂ ਸਾਲੀਆਂ ਤੀਵੀਆਂ ਬਣਾ ਦਿੰਦੀਆਂ। ਪਰ ਜਵਾਲਿਆ ਮੇਰਾ ਭਰਾ ਮਰਨੀ ਇਹ ਜਾ, ਉਹਨੇ ਕੀ ਮਾੜੀ ਕਰਨੀ ਹੈ? ਮੈਨੂੰ ਉਹਦੇ 'ਤੇ ਪੂਰਾ ਯਕੀਨ ਹੈ। ਜਿੰਦਾ ਜਿੰਦਾ ਮੈਂ ਤੈਨੂੰ ਕਹਿਣਾ ਵੀ ਉਹ ਇਹੋ ਜਿਹਾ। ਪਰ ਬਾਈ ਇੰਨਾ ਯਕੀਨ ਚੰਗਾ ਨਹੀਂ ਹੁੰਦਾ, ਸੌ ਰੱਬ ਦੀ ਜਦੋਂ ਯਕੀਨ ਟੁੱਟਦਾ ਨਾ ਉਦੋਂ ਬਾਲਾ ਦੁੱਖ ਹੁੰਦਾ। ਉਹ ਬਾਈ ਤੂੰ ਤਾਂ ਇਹ ਕਹਿਣਾ ਵੀ ਅਮਰ ਮੈਨੂੰ ਘਰੋਂ ਕੱਢ ਦੂ ਤੇ ਆਪ ਸਾਰੀ ਜ਼ਮੀਨ ਦੱਬ ਲੂ, ਕਿਉਂ ਜਬਲੀਆਂ ਮਾਰਦਾ ਬਾਈ? ਸੱਚੀ ਗੱਲ ਐਂ ਉੱਖੜ ਉੱਖੜ ਕੇ ਸਾਹਮਣੇ ਆਉਂਦੀ ਆ ਬਾਈ। ਉਹ ਬਾਈ ਅਣਤੋਲੀ ਧਰਤੀ 'ਤੇ ਬੈਠੇ ਆ, ਰੱਬ ਝੂਠ ਨਾ ਮਰਾਵੇ, ਅਮਰ ਤਾਂ ਸੋਚੀ ਬੈਠਾ। ਕੋਈ ਜਵਾਲਿਆ ਇੱਕ ਵੀ ਸ਼ਬਦ ਨਾ ਕਹੀ ਮੇਰੇ ਭਰਾ ਬਾਰੇ। ਉਹ ਹੌਲੀ ਬੋਲ ਭਰਾਵਾ, ਹੌਲੀ ਬੋਲ, ਜਦੋਂ ਕੋਈ ਭਾਣਾ ਬੀਤ ਗਿਆ ਮਗਰੋਂ ਕਹਾਂਗਾ ਉਹ ਬਾਈ ਜਵਾਲਿਆ ਆ ਕੀ ਹੋ ਗਿਆ। ਮੇਰੀ ਗੱਲ ਸੁਣ ਲਾ, ਮਗਰੋਂ ਚਾਹੇ ਧੌਣ ਲਾ ਦੀ ਛੇਤੀ ਪਾਉ। ਜਦੋਂ ਕੋਈ ਬੰਦਾ ਸਕੀਮ ਘੜਦਾ ਨਾ, ਚਾਹੇ ਉਹ ਚੰਗੀ ਹੋਵੇ ਚਾਹੇ ਮਾੜੀ, ਆਪਦੇ ਕਿਸੇ ਇੱਕ ਦੇ ਯਾਰ ਬੇਲੀ ਕੋਲੇ ਜ਼ਰੂਰ ਦੱਸਦਾ। ਮੈਂ ਆਪ ਨਹੀਂ ਬਣਾਉਂਦਾ ਕਤਰਾ, ਉਸਦੇ ਕਿਸੇ ਯਾਰ ਬੇਲੀ ਕੋਲੇ ਕੰਨ ਚੇਵਾ ਪਿਆ ਮੇਰੇ। ਕੀ ਗੱਲ ਹੈ? ਉਹ ਵੀ ਬੋਲਦੇ ਹੁਣ ਤੇਰੇ ਕੋਲੇ ਕੀ ਲੁਕੋ ਹੈ? ਅਮਰ ਕਿਸੇ ਆਪਦੇ ਯਾਰ ਬੇਲੀ ਕੋਲੇ ਕਹਿੰਦਾ ਵੀ ਮੇਰੇ ਭਰਾ ਕੱਤਰ ਦੇ ਤਾਂ ਕੋਈ ਨਿੱਕਾ ਨਿਆਣਾ ਹੈ ਨਹੀਂ। ਦੇਖ ਲਾ ਬਾਈ ਕਤਰਾ, ਤੇਰਾ ਤਾਂ ਵਜੂਦ ਹੀ ਕੋਈ ਨਹੀਂ, ਤੇਰੀ ਤੇ ਤੇਰੀ ਸਿਧਵੰਤ ਦੀ ਕਿਸੇ ਵੇਲੇ ਘੁੱਗੀ ਜੀ ਘੈ ਕਰ ਦੂ ਤੇ ਤੇਰੀ ਜ਼ਮੀਨ 'ਤੇ ਮੌਜਾਂ ਲੁੱਟੇ ਮੌਜਾਂ। ਇਸੇ ਗੱਲੋਂ ਡਰਦਾ ਬਾਈ। ਜੇ ਤੇਰੀ ਗੱਲ ਬਿਲਕੁਲ ਸਹੀ ਹੈ ਜਵਾਲਿਆ, ਮੈਂ ਅਮਰ ਨੂੰ ਜਿੰਦਾ ਨਹੀਂ ਛੱਡਾਂ। ਜਮਾ ਕਮਲਾ ਨਿਰੀ ਮਝੇਰ ਹੈ, ਜਿਵੇਂ ਥੋੜ੍ਹੀ ਭਰਾ ਮਾਰੇ ਜਾਂਦੇ ਆ। ਉਹ ਨਿਆਣਾ ਮੈਂ ਆਪੇ ਸਮਝਾ ਦੂੰ ਉਹਨੂੰ, ਤੂੰ ਨਾ ਉੱਤਾ ਕਰੀ ਕੋਈ। ਹੈਂ ਓ ਜਵਾਲਿਆ, ਮਰ ਜਾਣ ਨਾਲੋਂ ਤਾਂ ਮਾਰ ਦੇਣਾ ਚੰਗਾ ਹੁੰਦਾ ਜਵਾਲਿਆ। ਹੁਣ ਤੂੰ ਸੌ ਜਾ ਬਾਈ, ਤੈਨੂੰ ਜ਼ਿਆਦਾ ਹੀ ਚੜ੍ਹ ਗਈ। ਬਾਈ ਜਵਾਲਿਆ ਤੂੰ ਮੇਰਾ ਯਾਰ ਹੈ ਯਾਰ, ਬਾਈ ਤੂੰ ਮੇਰਾ ਧਿਆਨ ਰੱਖੀ। ਹੁਣ ਤਾਂ ਕਤਰਾ ਸਾਰਾ ਕੁਛ ਮੈਂ ਦੇਖੂੰ। ਮਗਾ ਪ੍ਰੀਤੂ ਰਹਿ ਤਾਂ ਮੈਂ ਵੀ ਨਹੀਂ ਸਕਦਾ ਤੇਰੇ ਬਿਨਾਂ, ਪਰ ਕੀ ਕਰਾਂ ਆਉਂਦਾ ਹੋਇਆ ਤੈਨੂੰ ਬਹੁਤ ਕੁਛ ਲਿਆ ਕੇ ਦੇਊਂਗਾ। ਹਾਏ 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 ਹਾਏ, ਮਾਏ ਤੇ ਬਿਜ਼ਨਸ ਖੋਲ ਰੱਖਿਆ। ਹਾਂ ਓ ਹੋ ਠੀਕ ਹੈ ਭਗਤਾ, ਹਾਂ ਹਾਂ ਜ਼ਰੂਰ, ਹਾਂਜੀ ਹਾਂਜੀ ਹਾਂਜੀ, ਕੋਈ ਗੱਲ ਨਹੀਂ, ਕਨੇਡਾ ਆਵਾਂਗੇ, ਕੋਈ ਗੱਲ ਨਹੀਂ। ਹਾਂ ਠੀਕ ਹੈ ਜੀ,
महाराज बाबा जी पैरी पैना बाबा जी आ बई कष्ट दिया मारिया बाबा जी तुसी तां जानी जानो जिहड़े मेरे कष्ट बुझ गए मेरे कष्ट दूर करो बाबा जी मां बच्चा मैनू सचो सच दस भी तू जिंदगी कदे चोरी कीती है दस नहीं तेन भस्म कर देंगे हाँ दस माड़ा जा गिरा हाँ बाबा जी पंज मुर्गे चोरी किते सी जेड़े मैं रिन के खा गया बाबा जी बस ओही कष्ट मेरे तो ला दो एक कष्ट लै नहीं सकदा बच्चा एक कष्ट तेरा टल नहीं सकदा तू पंज मुर्गे की गति की है तेरे कर्मा च छब्बी मुर्गे की गति सी हाँ जय हो बाब्या दी जय हो हजे इक्की मुर्गे होर पे है बच्चा जिन्ना चक उन्हां दी गति नहीं हुंदी गी उन्ना चक तेरा कष्ट दूर नहीं कर सकते दूर नहीं कर सकते बच्चा हुण की करां बाबा जी ओहो मगर चिंता ना कर भगता तेरा कष्ट दूर करने वास्ते बैठे है बाबे हुण आए करै घर कल तो रोज मुर्गा चक्या कर एक दिन छड के दूजे दिन संतां दे डेरे चढ़ाया कर कष्ट तेरे दूर हो ही जाणगे जय हो बाब्या दी बाबा जी हुण तां कोई पक्का नंबर दे दिओ मगर चिंता ना कर बच्चा तेनू बत्ती वाले चढ़ा देंगे बाबा जी फिर मैं बत्ती ला दें ओए मूर्खा ये बत्ती की गल नहीं करता मैं बत्ती वाली कार की गल करता जी टाऊ टाऊ करती होंगी हाँ जा भगता जा बाबा जी हाँ हाँ तेरा कल्याण होगा चिंता ना कर हाँ प्रीतो ना गल करिए हाँ मगा प्रीतो मगा किमें है ओ कमली ना गुस्से नहीं हुई दा हुंदा गा ओ ता मेरा कस्टमर आ गया सी ता करके मेरा बिजी हो गया बह जाओ ऐवें चौकीदार को खड़ा रहना मैं ठीक है प्रीतो मैं छेती आऊंगा हाँ काम बहुत बढ़िया पिया ना मेरा चक्कर यह है डॉक्टर साहब सब ठीक तो है अकत्तर सिंह घबराने वाली गल नहीं तू बाप बनने वाला शुक्र है उस परमात्मा का हे मेरा मालिका तू 12 साल बाद रूड़ी दी सौंदी तेरा लख लख शुक्र है मेरा मालिका तेरा लख लख शुक्र ਆ ਬਈ ਜਵਾਲਿਆ ਅੱਜ ਕਿਵੇਂ ਖੇਤਾਂ ਦੇ ਚੱਕਰ ਕੱਟਦਾ ਫਿਰਦਾ ਹੈ ਉਹ ਬਸ ਬਾਈ ਤੈਨੂੰ ਭਾਲਦਾ ਹੀ ਆਇਆ ਸੀ ਇੱਧਰ ਕਿਵੇਂ ਸੁੱਖ ਤਾਂ ਹੈ ਹੋਰ ਤਾਂ ਕੋਈ ਗੱਲ ਨਹੀਂ ਸੁੱਖ ਹੀ ਹੈ ਪਰ ਯਾਰ ਉਹਦੇ ਵਾਲੀ ਗੱਲ ਦਾ ਪਛਤਾਵਾ ਜਿਹਾ ਵੜ ਵੜ ਖਾਈ ਜਾਂਦਾ ਲੈ ਦੱਸ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਉਹ ਉਹਦੇ ਵਾਲੀ ਉਦੋਂ ਯਾਰ ਖਾਧੀ ਪੀਤੀ 'ਚ ਪਤਾ ਨਹੀਂ ਕੀ ਬੋਲ ਬੈਠਾ ਹਾਂ ਇੰਨਾ ਕੁ ਯਾਦ ਹੈ ਵੀ ਅਮਰ ਬਾਰੇ ਕੁਛ ਬੋਲ ਓਏ ਜਵਾਲਿਆ ਉਹਦੇ ਤੂੰ ਥੋੜਾ ਹੀ ਬੋਲਦਾ ਸੀ ਉਹਦੇ ਤਾਂ ਯਾਰ ਤੇਰੇ ਵਿੱਚ ਸ਼ਰਾਬ ਬੋਲਦੀ ਸੀ ਸ਼ਰਾਬ ਲੈ ਬਾਈ ਮੈਂ ਤਾਂ ਐਵੇਂ ਡਰਿਆ ਫਿਰਦਾ ਮੈਂ ਕਿਹਾ ਰੱਬ ਵਰਗਾ ਵੱਡਾ ਬਾਈ ਪਤਾ ਨਹੀਂ ਕੀ ਸੋਚੀ ਫਿਰਦਾ ਹੂ ਬਾਈ ਆਹ ਗੱਲ ਕਹਿ ਕੇ ਨਾ ਤੂੰ ਮਣਾ ਮੂਹੀ ਭਾਰ ਲਾਤਾ ਮੇਰੇ ਓਏ ਅੱਜ ਤਾਂ ਮੈਨੂੰ ਮੇਰੇ ਦੁਸ਼ਮਣ ਵੀ ਮਿੱਤਰ ਲੱਗਦੇ ਆ ਜਵਾਲਿਆ ਕਿਉਂ ਬਾਈ ਅੱਜ ਕੋਈ ਲਾਟਰੀ ਨਿਕਲਿਆ ਕਿ ਓਏ ਅੱਜ ਤਾਂ ਮੈਨੂੰ ਲਾਟਰੀ ਤੋਂ ਵੀ ਵੱਧ ਹੈ ਤੇਰੀ ਭਰਜਾਈ ਕੋਲੇ ਬੱਚਾ ਹੋਣ ਵਾਲਾ ਬੱਚਾ ਉਹ ਸਦਕੇ ਜਾਵਾਂ ਦੇਣ ਵਾਲੇ ਦੇ ਆ ਤਾਂ ਰੱਬ ਨੇ ਛੱਤ ਪਾੜ ਕੇ ਦਿੱਤਾ ਹੁਣ ਆਊ ਸਵਾਦ ਬਸ ਯਾਰ ਹੁਣ ਤਾਂ ਸੁੱਖੀ ਸੰਦੀ ਪੂਰ ਚੜ ਜੇ ਉਹ ਚੜੂਗਾ ਚੜੂਗਾ ਕਿਉਂ ਨਹੀਂ ਮੈਂ ਆਪ ਜਾ ਕੇ ਗੁਰਦੁਆਰੇ ਅਰਦਾਸ ਕਰਾਉ ਹੁਣ ਨਾ ਐਵੇਂ ਫਿਕਰ ਕਰਿਆ ਕਰ ਰੱਬ ਤੋਂ ਖੋਕੇ ਲੈ ਲਾਂਗੇ ਖੋਕੇ ਓਏ ਜਵਾਲਿਆ ਜੇ ਇਹ ਚੀਜ਼ਾਂ ਰੱਬ ਤੋਂ ਖੋਕੇ ਮਿਲਦੀਆਂ ਹੁੰਦੀਆਂ ਤਾਂ ਆਪਾਂ ਕਦੋਂ ਦੇ ਲੈ ਲੈਂਦੇ ਉਹ ਬਾਈ ਪਹਿਲਾਂ ਨੂੰ ਮਾਰ ਗੋਲੀ ਹੁਣ ਤੇਰੀ ਯਾਰੀ ਮੇਰੇ ਨਾਲ ਹੈ ਦੇਖਿਆ ਮੇਰੀ ਯਾਰੀ ਤੈਨੂੰ ਕਿੰਨੀ ਰਾਸ ਆਈ ਹੈ ਜਿਹੜਾ ਕੰਮ ਇੰਨੇ ਸਾਲਾਂ 'ਚ ਨਹੀਂ ਹੋਇਆ ਹੁਣ ਹੋ ਗਿਆ ਉਹ ਬਾਕੀ ਬਾਈ ਕਿਸੇ ਕਿਸੇ ਬੰਦੇ ਦਾ ਪੈੜਾ ਹੀ ਚੰਗਾ ਹੁੰਦਾ ਤੇ ਹੁਣ ਪਾਲਟੀ ਪੁਲਟੀ ਉਹ ਪਾਰਟੀਆਂ ਦਾ ਕੀ ਹੈ ਤੂੰ ਮੰਗ ਕੇ ਤਾਂ ਵੇਖ ਕਸਰਾਂ ਕੱਢ ਦੂ ਜੱਟ ਕਸਰਾਂ ਉਹ ਬਾਈ ਭੋਲੀਆਂ ਗੱਲਾਂ ਕਰਦਾ ਯਾਰ ਮੇਰੇ ਵਰਗੇ ਛੜੇ ਬੰਦੇ ਨੂੰ ਤਾਂ ਲਾਲ ਪਰੀ ਚਾਹੀਦੀ ਹੁੰਦੀ ਹੈ ਹੋਰ ਕਿਹੜਾ ਆਪਾਂ ਖੋਏ ਵਾਲੀ ਬਰਫੀ ਖਾਣੀ ਹੁੰਦੀ ਹੈ ਓਏ ਉਹ ਵੀ ਮਿਲ ਜੂ ਉਹ ਕਿਹੜਾ ਵੱਡੀ ਚੀਜ਼ ਹੈ ਯਾਰ ਚੰਗਾ ਬਾਈ ਹੁਣ ਮੈਂ ਚੱਲਦਾ ਤੂੰ ਛੇਤੀ ਛੇਤੀ ਕੰਮ ਨਵੇੜ ਕੇ ਆ ਮੈਂ ਤੈਨੂੰ ਡੀਕੂੰਗਾ ਚੰਗਾ ਫਿਰ ਜਲਦੀ ਆ ਜੀ ਜਵਾਲਿਆ ਹਾਂ ਯਾਰ ਤੁਹਾਨੂੰ ਇਹ ਵਧਾਈ ਹੋਵੇ
ਚੱਲ ਚੰਗਾ ਯਾਰ ਫਿਰ। ਉਹ ਕਿਹਨੂੰ ਵਧਾਈਆਂ ਦੇਈ ਜਾਂਦਾ ਮਰਾ? ਉਹ ਬਾਈ ਆਪਣੀ ਭਰਜਾਈ ਕੋਲੇ ਮੁੰਡਾ ਹੋਇਆ। ਅੱਛਾ ਯਾਰ। ਹਾਂ ਯਾਰ, ਤਾਂ ਬਹੁਤ ਖੁਸ਼ੀ ਦੀ ਗੱਲ ਆ ਬਾਈ। ਹੋਰ ਯਾਰ, ਪਰਮਾਤਮਾ ਨੇ ਮਸਾਂ ਹੀ ਸੁਣੀ ਹੈ। ਚੱਲ ਫਿਰ ਪਾਰਟੀ ਕਦੋਂ ਦੇ ਰਿਹਾ? ਪਾਰਟੀ ਪੱਕੀ ਯਾਰ। ਦੇਖ ਲਾ ਮੀਤਾ, ਵਿਛੜਨ ਵਾਲੇ ਦਿਨਾਂ ਨੇ ਵੀ ਅਕਸਰ ਆਉਣਾ ਹੀ ਹੁੰਦਾ। ਸਾਡੀ ਜੁਦਾਈ ਨੂੰ ਤੂੰ ਬਹੁਤ ਹੀ ਲੰਮੀ ਚੌੜੀ ਨਾ ਸਮਝੀ। ਮੈਂ ਅੱਜ ਗਈ ਤੇ ਪਰਸੋਂ ਆਈ। ਤੂੰ ਤਾਂ ਇਉਂ ਕਹਿਣੀ ਹੈ ਜਿਵੇਂ ਆਪਾਂ ਬੱਚੇ ਹੋਈਏ, ਅੱਜ ਨਾਨਕੇ ਗਏ ਤੇ ਕੱਲ ਨੂੰ ਵਾਪਸ ਆ ਗਏ। ਤੂੰ ਤਾਂ ਇਉਂ ਕਹਿਣਾ ਪਿਆ ਜਿਵੇਂ ਮੈਂ ਇੱਕ ਵਾਰੀ ਜਾ ਕੇ ਤੈਨੂੰ ਭੁੱਲ ਹੀ ਜਾਊਂ। ਨਾਲੇ ਮੈਂ ਤੈਨੂੰ ਪਿਆਰ ਕੀਤਾ ਤੇ ਨਿਭਾਉਣਾ ਵੀ ਆਉਂਦਾ ਮੈਨੂੰ। ਤੇਰੇ ਤਾਂ ਮੈਨੂੰ ਬੜੀ ਤਸੱਲੀ ਹੈ ਮੀਤਾ, ਪਰ ਮੈਨੂੰ ਜ਼ਿਆਦਾ ਡਰ ਇਸ ਕਰਕੇ ਲੱਗਦਾ ਕਿਉਂਕਿ ਮੈਂ ਅੱਜ ਤੱਕ ਪਿਆਰ ਦੀਆਂ ਥੋੜ੍ਹਾਂ ਚ ਜੋਇਆ। ਤੇਰਾ ਪਿਆਰ ਪਾ ਕੇ ਮੇਰੇ ਮਨ ਨੂੰ ਕੁਛ ਤਸੱਲੀ ਹੋਈ ਹੈ, ਪਰ ਮੈਨੂੰ ਡਰ ਲੱਗਦਾ ਕਿਤੇ ਤੂੰ ਵੀ ਮੈਥੋਂ ਖੁਸ਼ ਨਾ ਜਾਵੀਂ। ਮੀਤਾ, ਮੈਂ ਤੈਨੂੰ ਉਹਨਾਂ ਕੁੜੀਆਂ ਵਾਂਗ ਪਿਆਰ ਨਹੀਂ ਕੀਤਾ ਅਮਰ, ਜਿਹੜੀਆਂ ਹੱਸਣ ਖੇਡਣ ਤੇ ਦਿਲ ਪਰਚਾਵੇ ਨੂੰ ਪਿਆਰ ਕਹਿੰਦੀਆਂ ਨੇ। ਨਾਲੇ ਮੈਂ ਤਾਂ ਤੈਨੂੰ ਆਪਣਾ ਸਭ ਕੁਝ ਮੰਨੀ ਬੈਠੀ ਹਾਂ। ਤਾਂ ਹੀ ਤਾਂ ਤੂੰ ਮੇਰਾ ਦਿਲ ਇੰਨੀ ਛੇਤੀ ਠੱਗਿਆ। ਨਹੀਂ, ਕੁੜੀਆਂ ਤਾਂ ਚੰਡੀਗੜ੍ਹ ਵੀ ਬਹੁਤ ਸੀ ਨਾ, ਹੁਣ ਤੈਨੂੰ ਉਹ ਚਾਹੀਦੀਆਂ। ਮੈਂ ਜਾਵਾਂ? ਕਿਉਂ ਏਦਾਂ ਬੋਲ ਕੇ ਸੀਨੇ ਸੱਲ ਪਾਉਣੀ ਹੈ? ਦਿਲ ਤਾਂ ਪਹਿਲਾਂ ਟੁੱਟਿਆ ਪਿਆ। ਚੰਗਾ ਚੰਗਾ, ਮੈਂ ਹੁਣ ਜਾਵਾਂ। ਮਾਸੀ ਉਡੀਕਦੀ ਹੋਣੀ ਹੈ, ਉਹਨੇ ਮੈਨੂੰ ਛੱਡ ਕੇ ਵਾਪਸ ਵੀ ਤਾਂ ਮੁੜਨਾ। ਚੱਲ ਠੀਕ ਹੈ ਮੀਤਾ, ਮੇਰੀਆਂ ਅੱਖਾਂ ਤੇਰੇ ਰਾਹਾਂ 'ਤੇ ਰਹਿਣੀਆਂ। ਵਾਪਸ ਮੁੜ ਕੇ ਆ ਜਾਈ, ਦੇਖੀ ਕਿ ਤੈਨੂੰ ਉਡੀਕਦਾ ਉਡੀਕਦਾ ਬੁੜਾ ਹੀ ਨਾ ਹੋ ਜਾ। ਚੰਗਾ ਅਮਰ, ਤੂੰ ਆਪਣਾ ਖਿਆਲ ਰੱਖੀ, ਨਾਲੇ ਇੱਕ ਗੱਲ ਕੰਨ 'ਚ ਪਾ ਲਾ। ਕੀ ਗੱਲ? ਭਰਾ ਭਰਜਾਈ ਦੀ ਗੱਲ ਦਾ ਗੁੱਸਾ ਨਹੀਂ ਕਰਦੇ, ਨਾਲੇ ਸਾਡੇ ਵੱਡੇ ਤਾਂ ਸਾਨੂੰ ਸਮਝਾਉਂਦੇ ਹੀ ਆ ਨਾ। ਨਹੀਂ ਮੀਤਾ, ਜਿੱਦਾਂ ਦੀ ਬਾਈ ਦੀ ਲਿਆ ਜਵਾਲੇ ਨਾਲ ਪਈ, ਉਹਦੇ ਤੋਂ ਮੈਨੂੰ ਕਦੇ ਸਿੱਧੇ ਮੂੰਹ ਨਹੀਂ ਬੋਲਿਆ। ਪਤਾ ਨਹੀਂ ਕੀ ਸੋਚਦਾ ਰਹਿੰਦਾ ਸਾਰਾ ਦਿਨ, ਹੁਣ ਤਾਂ ਦਾਰੂ ਵੀ ਰੋਜ਼ ਪੀਣ ਲੱਗ ਗਿਆ। ਆਪੇ ਸਭ ਕੁਛ ਠੀਕ ਹੋਜੂ, ਤੂੰ ਤਸੱਲੀ ਵੀ ਰੱਖ, ਨਾਲੇ ਬਹੁਤਾ ਪੁੱਠਾ ਸਿੱਧਾ ਨਾ ਸੋਚਿਆ ਕਰ। ਤੇਰੇ 'ਤੇ ਤਾਂ ਮੈਨੂੰ ਰੱਬ ਵਰਗਾ ਯਕੀਨ ਹੈ ਮੀਤਾ। ਜੇ ਇਜਾਜ਼ਤ ਹੋਵੇ ਤਾਂ ਮੈਂ ਜਾਵਾਂ। ਜਾ, ਪਰ ਉਨੀ ਵਾਰੀ ਵਾਪਸ ਮੁੜ ਕੇ ਆ ਜਾਈ। ਬਾਈ, ਮੈਨੂੰ ਐ ਸਮਝ ਨਹੀਂ ਆਈ ਵੀ ਯਾਰ ਆਪਾਂ ਯਾਰ ਪਹਿਲਾਂ ਕਿਉਂ ਨਹੀਂ ਬਣੇ? ਗੱਲ ਸਾਰੀ ਭਰਜਾਈ ਵਾਲੀ ਸੀ, ਉਹ ਤੇਰੇ ਕਰਮਾਂ 'ਚ ਸੀ, ਤੈਨੂੰ ਮਿਲ ਗਈ, ਮੈਂ ਐਵੇਂ ਵੈਰ ਬੰਨਦਾ ਰਿਹਾ ਯਾਰ। ਬਾਕੀ ਭਾਈ, ਭਰਜਾਈ ਤੈਨੂੰ ਹੀ ਸੰਬੰਧਣੀ ਰਹੇ, ਜਾਂ ਯਾਰ ਦੀ ਯਾਰੀ ਥੋੜ੍ਹੀ ਹੁੰਦੀ ਆ? ਹਾਂ, ਉਹ ਛੱਡ ਬਾਈ ਜਵਾਲਿਆ, ਕਾਹਨੂੰ ਉਜੜੀਆਂ ਖੱਡਾਂ 'ਚ ਹੱਥ ਪਾਉਣਾ, ਜਿਹੜੀ ਬੀਤ ਗਈ ਉਹਦੇ ਮਾਰ ਗੋਲੀ, ਹੁਣ ਤੂੰ ਪੈਗ ਪਾ ਪੈਗ। ਜਿਹੜੀਆਂ ਖੁੱਡਾਂ 'ਚ ਤਾਂ ਨਾ ਗੁਣ ਫੇਰ ਮਿਲਣਗੇ ਖਤਰਾ। ਕੀ ਕਿਹਾ ਬਾਈ? ਉਹ ਕੁਛ ਨਹੀਂ ਬਾਈ, ਕੁਛ ਨਹੀਂ, ਤੂੰ ਪੈਗ ਫੜ ਯਾਰ ਲੈ। ਉਹ ਬਾਈ, ਸਿਆਣੇ ਕਹਿੰਦੇ ਆ ਵੀ ਰਾਮ ਵੇਲੇ ਦੁੱਧ ਸੀ, ਕਿਸ਼ਨ ਵੇਲੇ ਘੀ, ਹੁਣ ਜਵਾਲੇ ਵੇਲੇ ਤਾਂ ਦਾਰੂ ਹੈ ਰੱਜ ਰੱਜ ਪੀ। ਉਹ ਬਾਈ ਜਵਾਲਿਆ, ਜਵਾਕਾਂ ਬਿਨਾਂ ਵੀ ਕਾਹਦੀ ਜ਼ਿੰਦਗੀ ਆਈ ਯਾਰ, ਹੁਣ ਚਿੱਤ ਉੱਡੂ 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 ਕਰਦਾ ਰਹਿੰਦਾ। ਤੇਰਾ ਕੀ ਖਿਆਲ ਹੈ ਬਾਈ, ਮੈਨੂੰ ਕੋਈ ਖੁਸ਼ੀ ਹੈ ਨਹੀਂ? ਵੱਡੇ ਬਾਈ ਦੀ ਜੜ ਲੱਗੀ ਹੈ, ਵੱਡੇ ਬਾਈ ਦਾ ਘਰ ਅੱਗੇ ਵਧਿਆ, ਪਰ ਬਾਈ ਤੇਰੇ 'ਤੇ ਹਰੇਕ ਬੰਦਾ ਖੁਸ਼ ਨਹੀਂ। ਮੇਰੇ 'ਤੇ ਕਿਹਨੇ ਦੁਖੀ ਹੋਣਾ? ਮੈਂ ਕਿਸੇ ਦਾ ਕੀ ਮਾੜਾ ਕੀਤਾ? ਕਿਸ ਕੌਣ ਦੁਖੀ ਹੁੰਦਾ ਯਾਰ? ਦੁਖੀ ਤਾਂ ਉਹੀ ਹੁੰਦਾ ਜਿਹਦਾ ਕਿਸੇ ਫਾਇਦਾ ਹੋਣ ਨਾਲ ਨੁਕਸਾਨ ਹੁੰਦਾ। ਬਈ ਕਿਹਦਾ ਹੋ ਗਿਆ ਨੁਕਸਾਨ? ਰੱਬ ਝੂਠ ਨਾ ਬੁਲਾਵੇ ਬਈ, ਐ ਨਾ ਸਮਝੀ ਵੀ ਪੀ ਕੇ ਜਵਾਲਾ ਘੁੱਟ ਦਾਰੂ ਦੀ ਮਾਰੀ ਜਾਂਦਾ ਭਕਾਈ, ਨੁਕਸਾਨ ਤਾਂ ਅਮਰ ਦਾ ਹੀ ਹੋਇਆ। ਇਹ ਤੂੰ ਕੀ ਬੋਲਦਾ? ਗੱਲ ਸੁਣੀ ਸੁਣਾਈ ਹੈ, ਪਰ ਲੱਗਦੀ ਜਮਾਂ ਸੱਚੀ ਹੈ। ਕੀ ਗੱਲ? ਅਮਰ ਕਿਸੇ ਆਪਦੇ ਬੇਲੀ ਕੋਲੇ ਕਹਿੰਦਾ ਵੀ ਆਹ ਤਾਂ ਰੱਬ ਨੇ ਜਮਾਂ ਹੀ ਧੱਕਾ ਕੀਤਾ, ਮੇਰੇ ਤਾਂ ਖਾਣੇ 'ਚ ਲੱਤ ਮਾਰਤੀ, ਹੁਣ ਤਾਂ ਅੱਧਾ ਵੰਡਿਆ ਜਾਊ।
ਕਿੱਥੇ ਸਾਰਾ ਕੁਛ ਮੇਰਾ ਹੀ ਸੀ। ਉਹ ਮੈਂ ਤਾਂ ਬਾਈ ਹੋਰ ਵੀ ਬਹੁਤ ਕੁਛ ਸੁਣਿਆ। ਉਹ ਅਮਰ ਦੀ ਇੰਨੀ ਹਿੰਮਤ ਆਈਆਂ ਬਾਈ ਆਈਆਂ। ਉਹ ਸਿਆਣੇ ਕਹਿੰਦੇ ਐ ਵੀ ਸਰੀਰ ਤਾਂ ਲੱਕੜ ਦਾ ਨਹੀਂ ਮਾਨ ਹੁੰਦਾ, ਉਹ ਤਾਂ ਫਿਰ ਵੀ ਜਿਉਂਦਾ ਜਾਗਦਾ ਬੰਦਾ। ਜਵਾਲਿਆ ਤੂੰ ਮੇਰਾ ਸੱਚਾ ਯਾਰ ਹੈ ਬਾਈ, ਸੱਚਾ ਯਾਰ। ਜੇ ਤੂੰ ਨਾ ਹੁੰਦਾ ਤਾਂ ਮੈਂ ਉਹਦੇ 'ਤੇ ਰੱਬ ਜਿੰਨਾ ਵਿਸ਼ਵਾਸ ਕਰੀ ਬੈਠਾ ਸੀ। ਉਹ ਬਾਈ ਕਤਰਾ ਤੂੰ ਭੋਲਾ ਬੰਦਾ ਯਾਰ, ਅੱਜ ਕੱਲ੍ਹ ਜ਼ਮੀਨ ਜਾਇਦਾਦ ਪਿੱਛੇ ਕੀ ਕੁਛ ਨਹੀਂ ਕਰਦੇ ਲੋਕ। ਹੈਂ ਬਾਕੀ ਮੁੰਡੇ ਦਾ ਖਿਆਲ ਰੱਖਿਆ ਕਰੋ, ਕੀ ਪਸਾ ਕਦੋਂ ਮਨ 'ਚ ਬੁਰਾ ਵੱਸ ਜੇ। ਇਸ ਗੱਲ ਦਾ ਬਾਈ ਤੂੰ ਫਿਕਰ ਨਾ ਕਰ, ਜੇ ਉਹਨੇ ਕੋਈ ਐਸੀ ਹਰਕਤ ਕੀਤੀ ਤਾਂ ਮੈਂ ਭੁੱਲ ਜੂੰ ਕਿ ਉਹ ਮੇਰਾ ਭਰਾ। ਤੂੰ ਕੋਈ ਗੱਲ ਨਾ ਕਰੀ ਉਹਦੇ ਕੋਲੇ, ਬਸ ਤੂੰ ਨਿਗਾਹ ਰੱਖਿਆ ਕਰ ਕਿੱਥੇ ਜਾਂਦਾ ਕਿੱਥੇ ਆਉਂਦਾ। ਉਹ ਬਾਈ ਬਾਹਰਲੇ ਬੰਦਿਆਂ ਤੋਂ ਤਾਂ ਬੰਦਾ ਰਾਖੀ ਰੱਖ ਲੂ, ਭਲਾ ਘਰਦਿਆਂ ਦੀ ਕਿੱਥੇ ਕਿੱਥੇ ਰਾਖੀ ਰੱਖੀ ਜਾਂਦੀ ਹੈ। ਸਿਆਣਿਆਂ ਨੇ ਠੀਕ ਤਾਂ ਕਿਹਾ ਵੀ ਘਰ ਦਾ ਭੇਤੀ ਲੰਕਾ ਢਾਏ। ਜਮਾਂ ਸਹੀ ਗੱਲ ਹੈ ਬਾਈ, ਇਹੋ ਜਿਹੇ ਬੰਦੇ ਦਾ ਕਾਹਦਾ ਵਸਾ। ਪਰ ਕੋਈ ਨਹੀਂ, ਉਹਦਾ ਬੰਦੋਬਸਤ ਵੀ ਕਰ ਦਿਆਂਗੇ। ਉਹ ਚੰਗਾ ਬਾਈ ਜਵਾਲਿਆ, ਆਹ ਜਿਹੜੀ ਥੋੜ੍ਹੀ ਜਿਹੀ ਰਹਿ ਗਈ ਹੈ ਲਾ ਅਤੇ ਚੱਲ ਘਰ ਨੂੰ, ਜਾ ਕੇ ਸੌਂ ਜੀ ਫਿਰ। ਬੈਲੀਆਂ ਨੇ ਪੈਰ ਖੱਟਣੇ, ਦੂਜਾ ਕੰਮ ਬੋਤਲਾਂ ਦੇ ਡੱਟ ਪਟਣੇ। ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਦਾਰੂ ਪੀਂਦੇ ਨੂੰ? ਓਏ ਮੈਨੂੰ ਮੇਰੇ ਪੁੱਤ ਦੀ ਖੁਸ਼ੀ ਹੈ ਤਾਂ ਪੀਣਾ, ਤਾਂ ਤੇਰੇ ਵਾਂਗੂੰ ਨਹੀਂ ਹੋਈ ਦੁਖੀ ਜਿਹਾ ਹੋਈ ਜਾਂਦਾ। ਇਹ ਚੰਗਾ ਤਰੀਕਾ ਤੇਰਾ ਖੁਸ਼ੀ ਮਨਾਉਣ ਦਾ, ਕੁਝ ਹੋਸ਼ ਕਰ। ਹੋਸ਼ ਤਾਂ ਮੈਨੂੰ ਹੁਣ ਆਈ ਆ ਬਾਈ, ਪਹਿਲਾਂ ਮੈਨੂੰ ਬਸ ਭੁਲੇਖੇ ਜੀ ਤੁਰਿਆ ਫਿਰਿਆ। ਕੀ ਮਤਲਬ ਤੇਰਾ? ਮਤਲਬ ਇਹ ਕਿ ਤੂੰ ਮੇਰਾ ਭਾਈ ਨਹੀਂ ਭਾਈ, ਤੂੰ ਮੇਰਾ ਸ਼ਰੀਕ ਹੈ, ਸ਼ਰੀਕ ਹੈ, ਸ਼ਰੀਕ ਹੈ, ਸ਼ਰੀਕ ਹੈ। ਵਾਹ ਓਏ ਬਾਈ, ਚੰਗਾ ਨਾਮ ਦਿੱਤਾ ਤੂੰ ਇੱਕ ਕੁੱਖੋ ਜੰਮੇ ਨੂੰ। ਅੱਜ ਕੱਲ ਹਰੇਕ ਬੰਦਾ ਮਤਲਬ ਹੀ ਹੈ, ਜਿਨ੍ਹਾਂ ਦੇ ਵਿੱਚੋਂ ਤੂੰ ਵੀ ਇੱਕ ਹੈ। ਨਾ ਬਾਈ ਨਾ, ਇੰਨਾ ਕੁਫਰ ਨਾ ਤੋਲ, ਸੰਭਾਲ ਆਪਣੇ ਆਪ ਨੂੰ। ਉਹ ਮੈਂ ਆਪਣੇ ਆਪ ਨੂੰ ਆਪੇ ਸੰਭਾਲ ਲੂੰ, ਤੂੰ ਅੱਡ ਹੋ ਜਾ, ਮੈਂ ਆਪੇ ਸੰਭਾਲ ਲੂੰ। ਬਾਈ ਮੈਂ ਭਲਾ ਅੱਡ ਕਿਹਦੇ ਨਾਲ ਹੋਣਾ, ਮੇਰਾ ਤਾਂ ਤੁਸੀਂ ਸਭ ਕੁਛ। ਆਪਣੇ ਹਿੱਸੇ ਦੀ ਜ਼ਮੀਨ ਲੈ ਤੇ ਦਫਾ ਹੋ ਜਾ। ਜ਼ਮੀਨ ਜਾਵੇ ਢੱਠੇ ਖੂਹ 'ਚ, ਮੈਂ ਜ਼ਮੀਨ ਕੀ ਕਰਨੀ ਹੈ। ਔਰ ਪਹਿਲਾਂ ਸਾਰੇ ਇਹੀ ਕਹਿੰਦੇ ਹੁੰਦੇ ਆ, ਤੈਨੂੰ ਤਾਂ ਐਂ ਸੀ ਵੀ ਇਹ ਤਾਂ ਹੈਗਾ ਆਉਤ ਤੇ ਸਾਰਾ ਕੁਛ ਮੇਰਾ ਹੀ ਹੈ। ਅੱਜ ਤੂੰ ਨਹੀਂ, ਤੇਰੇ ਅੰਦਰ ਜਵਾਲਾ ਬੋਲਦਾ ਬਾਈ ਜਵਾਲਾ। ਉਹਨੇ ਆਪਣੇ ਘਰ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਹੈ, ਉਹਦਾ ਖਹਿੜਾ ਛੱਡ ਦੇ। ਉਹ ਜਵਾਲੇ ਨੂੰ ਬੁਰਾ ਨਾ ਆਖੀ, ਉਹ ਮੇਰਾ ਯਾਰ ਹੈ, ਯਾਰ ਪੱਗ ਵੱਟ ਯਾਰ। ਚੱਲ ਠੀਕ ਹੈ ਬਾਈ, ਪਰ ਇੱਕ ਦਿਨ ਤੈਨੂੰ ਪਛਤਾਉਣਾ ਪਊ, ਪਰ ਉਦੋਂ ਵਕਤ ਨਿਕਲ ਚੁੱਕਿਆ ਹੋਊਗਾ। ਓਏ ਤੂੰ ਦਫਾ ਹੋ ਦਫਾ, ਮੇਰਾ ਮੂਡ ਖਰਾਬ ਕਰੀ ਜਾਂਦਾ। ਵਾਹਿਗੁਰੂ ਸਮੱਤ ਬਖਸ਼ੀ ਮੇਰੇ ਭਰਾ ਨੂੰ।
ਅੱਲਾ ਇਹ ਕਿਵੇਂ ਆਇਆ ਸੀ? ਜ਼ਹਿਰ ਇਹ ਕੰਮ ਤਾਂ ਜਵਾਲੇ ਦਾ ਹੀ ਹੈ। ਹਾਏ ਮੈਂ ਮਰ ਜਾ। ਅਮਰ ਤੂੰ ਇਹ ਕੀ ਕਰਦਾ ਹੈ? ਤੂੰ ਮੇਰੇ ਪੁੱਤ ਨੂੰ ਮਾਰਦਾ ਹੈ। ਆਓ ਜੀ ਭੱਜ ਕੇ ਆਓ। ਮੈਂ ਕਹਿੰਦੀ ਬਾਹਰ ਆਓ। ਕੀ ਗੱਲ ਹੋ ਗਈ? ਕਿਉਂ ਰੌਲਾ ਪਾਇਆ? ਇਹ ਤਾਂ ਜੀ ਸੱਚੀ ਆਪਣੇ ਪੁੱਤ ਨੂੰ ਮਾਰਨ ਲੱਗਿਆ ਸੀ। ਇਹ ਤਾਂ ਚੰਗਾ ਹੋਇਆ ਮੈਂ ਆ ਗਈ ਮੌਕੇ ਤੇ, ਨਹੀਂ ਤਾਂ ਪਤਾ ਨਹੀਂ ਕੀ ਭਾਣਾ ਵਰਤਦਾ। ਮੈਨੂੰ ਪਹਿਲਾਂ ਪਤਾ ਸੀ ਇਹ ਕਮੀਨੀ ਹਰਕਤੇ ਜ਼ਰੂਰ ਕਰੂਗਾ। ਨਹੀਂ ਬਾਈ, ਮੇਰੇ ਆਉਣ ਤੋਂ ਪਹਿਲਾਂ ਇਹ ਸ਼ੀਸ਼ੇ ਤੇ ਪਈ ਸੀ। ਇਹ ਜਵਾਲਾ ਧਰ ਕੇ ਗਿਆ, ਮੈਂ ਉਸਨੂੰ ਜਾਂਦੇ ਦੇਖਿਆ। ਸੱਚ ਮੰਨ ਬਾਈ ਸੱਚ। ਚੁੱਪ ਕਰ ਜਾ ਸਾਲਾ ਜਵਾਲੇ ਦਾ, ਨਿਕਲ ਜਾ ਮੇਰੇ ਘਰੋਂ। ਚੰਗਾ ਬਾਈ ਮੈਂ ਜਾਣਾ, ਪਰ ਜਦੋਂ ਤੇਰੀਆਂ ਅੱਖਾਂ ਖੁੱਲੀਆਂ ਨਾ, ਇਹਨੂੰ ਫੇਰ ਪਤਾ ਲੱਗੂ। ਪਰ ਤੂੰ ਜਾਣਾ ਕਿ ਨਾਲੇ ਮੈਂ ਤੈਨੂੰ ਕਿਹਾ ਸੀ ਮੁੰਡਾ ਸੁਣਾ ਨਾ ਛੱਡਿਆ ਕਰ। ਮੈਨੂੰ ਕੀ ਪਤਾ ਸੀ ਮਰ ਜਾਣੇ ਦਾ ਖੂਨ ਇੰਨਾ ਸਫੈਦ ਹੋ ਜੂ। ਇਹਦਾ ਕਾਲ ਕੂਕ ਦਾ ਲੱਗਦਾ ਕਰਵਾ ਕੇ ਹਟੂ ਆਪਦੇ ਵਾਲੀ। ਉਹ ਤੇਰੇ ਟਿੱਲੇ ਤੋਂ ਬੂਟਾ ਦਿਸਦਾ ਹੈ ਬੋਸਤ ਦਾ। ਉਹ ਕਿਵੇਂ ਅਮਲੀਆ, ਕੱਲਾ ਹੀ ਬੈਠਾ ਹੇਰੇ ਲਾਈ ਜਾਂਦਾ? ਓ ਆਗਰ ਬਖਸ਼ਿਆ, ਕੀ ਹਾਲ ਚਾਲ ਹੈ? ਠੀਕ ਹੈ, ਤੂੰ ਲੋਕਾਂ ਦੀਆਂ ਵਿੜਕਾਂ ਛਿੜਕਾਂ ਰੱਖਦਾ ਹੈ। ਮੈਂ ਹੋਰ ਹੀ ਸੁਣਿਆ ਕਿ 71 ਸਿਓ ਨੇ ਆਪਣੇ ਛੋਟੇ ਭਰਾ ਨੂੰ ਕੁੱਟ ਕੇ ਘਰੋਂ ਹੀ ਬਾਹਰ ਕੱਢਤਾ। ਓਏ ਭਰਾਵਾ, ਉਂਗਲਾਂ ਕੀ ਨਹੀਂ ਕਰਾ ਦਿੰਦੀਆਂ, ਇਹ ਤਾਂ ਸਭ ਜਵਾਲੇ ਦੇ ਪੁਆਏ ਪੁਆੜੇ ਆ। ਲੈ 71 ਵੀ ਦੇਖ ਲਾ ਕਿਵੇਂ ਧਜਿਆ ਉਸ 'ਤੇ। ਜਦੋਂ ਉਹਦੀਆਂ ਅੱਖਾਂ ਉਗੜੀਆਂ ਨਾ, ਫੇਰ ਪਤਾ ਲੱਗੂ। ਪਤਾ ਨਹੀਂ ਕਦੋਂ ਮਰਨਾ ਜਵਾਲੇ ਨੇ। ਪਤੰਦਰ ਨੇ ਸਾਰੇ ਪਿੰਡ ਨੂੰ ਟਿੰਡੀ ਦੇ ਵੀਹ 'ਤੇ ਚਾੜ ਛੱਡਿਆ। ਧਰਮ ਨਾਲ ਜਿੱਦੇ ਮਰ ਗਿਆ ਨਾ, ਸਾਰਾ ਪਿੰਡ ਸੌਖਾ ਹੋ ਜੂ। ਓਏ ਚੰਗੇ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ਹੈ, ਇਹੋ ਜਿਹੇ ਬੰਦਿਆਂ ਤਾਂ ਰੱਬ ਵੀ ਨਹੀਂ ਜਗਦਾ। ਦੇਖੋ ਭਗਤੋ, ਜੋ ਇਹ ਨਾਮ ਸਿਮਰਨ ਹੈ, ਇਹ ਉਸ ਪਰਮਾਤਮਾ ਨੂੰ ਸਿੱਧੇ ਮਿਲਣ ਦਾ ਜ਼ਰੀਆ, ਅਤੇ ਉਸ ਪਰਮਾਤਮਾ ਨੂੰ ਮਿਲਣ ਦਾ ਇਹੀ ਰਸਤਾ ਜਾਂਦਾ। ਮਹਾਰਾਜ ਬਾਬਾ ਜੀ, ਖੁਸ਼ ਰਹੋ ਬੱਚਾ। ਹੋਰ ਬੱਚਾ ਠੀਕ ਆ? ਮਹਾਰਾਜ ਬਾਬਾ ਜੀ। ਹਾਂ ਵੀ ਭਗਤਾ, ਬੜਾ ਅਰਦਾਸ ਰਹਿੰਦਾ, ਕੀ ਕੋਈ ਮੁਸੀਬਤ ਆਉਣ ਪਈ ਹੈ? ਉੱਥੋਂ ਨਾ ਬਾਬਾ ਜੀ, ਮੁਸੀਬਤਾਂ ਨੇ ਤਾਂ ਘੇਰੇ ਪਾ ਰੱਖਿਆ ਬਾਬਾ ਜੀ। ਉਹ ਤਾਂ ਗੱਲ ਠੀਕ ਹੈ ਬੱਚਾ, ਪਰ ਅੱਧੀਆਂ ਮੁਸੀਬਤਾਂ ਦਾ ਬੰਦਾ ਆਪ ਹੀ ਜ਼ਿੰਮੇਵਾਰ ਹੁੰਦਾ। ਉਹ ਕਿਸ ਤਰ੍ਹਾਂ ਬਾਬਾ ਜੀ? ਜਦੋਂ ਕੋਈ ਬਿਨਾਂ ਪੌੜੀ ਤੋਂ ਕੋਠੀ 'ਤੇ ਚੜੇਗਾ ਤਾਂ ਉਹ ਡਿੱਗੇਗਾ ਹੀ ਡਿੱਗੇਗਾ। ਪਰ ਮੈਂ ਤਾਂ ਕੋਈ ਪਾਪ ਹੀ ਨਹੀਂ ਕੀਤਾ ਬਾਬਾ ਜੀ। ਪਰ ਬੱਚਾ, ਤੂੰ ਰਾਤੋ ਰਾਤ ਅਮੀਰ ਬਣ ਲਈ ਸੱਟੇਬਾਜ਼ੀ ਦੇ ਚੱਕਰਾਂ 'ਚ ਪੈ ਗਿਆ। ਪਰ ਬਾਬਾ ਜੀ, ਮੈਂ ਤਾਂ ਸੱਟੇ 'ਚੋਂ ਕਮਾਈ ਕਰਕੇ ਟਰੈਕਟਰ ਲੈ ਕੇ ਆਪਣੇ ਭਰਾ ਤੋਂ ਅੱਗੇ ਲੰਘਣਾ ਚਾਹੁੰਦਾ ਸੀ। ਪਰ ਬੱਚਾ, ਕਾਮਯਾਬ ਹੋਣ ਲਈ ਦਸਾਂ ਨਹਾਂ ਦੀ ਕਿਰਤ ਕਮਾਈ ਕਰਨੀ ਪੈਂਦੀ ਹੈ। ਬਾਬਾ ਜੀ, ਮੈਂ ਮਿਹਨਤ ਤਾਂ ਬਹੁਤ ਕਰਦਾ, ਪਰ ਕਦੇ ਫਲ ਨਹੀਂ ਮਿਲਿਆ। ਸਿੱਧੀ ਨੀਤ ਨਾਲ ਖੇਤੀ ਕਰੇਗਾ ਤਾਂ ਜ਼ਰੂਰ ਕਾਮਯਾਬੀ ਮਿਲੇਗੀ ਤੈਨੂੰ। ਸਤ ਵਚਨ ਬਾਬਾ ਜੀ। ਪਰ ਹੁਣ ਤੂੰ ਸੱਟਾ ਸੁੱਟਾ ਲਾਉਣਾ ਬੰਦ ਕਰ ਦੇ। ਸਤ ਵਚਨ। ਕਿਵੇਂ ਬਾਈ, ਅੱਜ ਦਾਸ ਜਾ ਬੈਠਾ? ਬਾਈ ਜਵਾਲਿਆ, ਤੂੰ ਮੇਰੇ ਭਰਾ ਅਮਰ ਬਾਰੇ ਠੀਕ ਹੀ ਕਿਹਾ ਸੀ। ਫੇਰ ਤਾਂ ਬਾਈ ਪਾਣੀ ਸਿਰ ਤੋਂ ਟੱਪ ਗਿਆ। ਮੈਂ ਤਾਂ ਕਹਿਣਾ ਬਾਈ ਆਪਾਂ ਥਾਣੇ ਚੱਲ ਗਏ। ਉਹ ਨਾ ਬਾਈ ਨਾ, ਪੁਲਿਸ ਵਾਲਿਆਂ ਨਾਲ ਵਾਹ ਪਾ ਕੇ ਕੋਈ ਝਗੜਾ ਨਿਬੜਿਆ ਹਜੇ ਤੱਕ? ਆਪਾਂ ਇਹਦਾ ਹੋਰ ਹੀ ਹੱਲ ਕੱਢਦੇ ਹਾਂ ਕੋਈ। ਫਿਰ ਤੈਨੂੰ ਕਿਵੇਂ ਠੀਕ ਲੱਗਦਾ? ਬਾਈ ਮੈਨੂੰ ਤਾਂ ਚੰਗਾ ਲੱਗਦਾ ਵੀ ਸੱਪ ਵੀ ਮਰ ਜੇ ਅਤੇ ਸੋਟੀ ਵੀ ਨਾ ਟੁੱਟੇ। ਓਏ ਜਵਾਲਿਆ, ਪਹੇਲੀਆਂ ਜੀਆਂ ਨਾ ਪਾ, ਸਿੱਧੀ ਗੱਲ ਦੱਸ। ਸਿੱਧੀ ਸਿੱਧੀ ਗੱਲ ਤਾਂ ਆ ਹੈ, ਫਿਰ ਮਰਨ ਨਾਲੋਂ ਮਾਰਨਾ ਚੰਗਾ ਹੁੰਦਾ। ਅਤੇ ਜੇਲ੍ਹ ਦੀ ਚੱਕੀ ਕੌਣ ਪੀਸੂ? ਉਹ ਅਸੀਂ ਐਸੇ ਤਰੀਕੇ ਨਾਲ ਉਹਦਾ ਕੰਡਾ ਕੱਢਾਂਗੇ ਕਿ ਕਿਸੇ ਨੂੰ ਕੰਨੋ ਕੰਨ ਖਬਰ ਹੀ ਨਹੀਂ ਹੋਣੀ। ਵੇਖ ਲਓ ਜੀ, ਕਿੰਨੇ ਦਿਨ ਹੋ ਗਏ ਨੇ ਅਮਰ ਨੂੰ ਘਰੇ ਨਹੀਂ ਵੜਿਆ, ਆਕੜ ਰੱਖੀ ਫਿਰਦਾ। ਨਾ ਤੂੰ ਉਹ ਤੋਂ ਗਾਹਕ ਹੋਣਾ। ਓਏ ਉਹਦੇ ਸਿਰ 'ਤੇ ਜਿਹੜਾ ਜ਼ਮੀਨ ਦਾ ਭੂਤ ਸਵਾਰ ਆ ਨਾ, ਕਿਤੇ ਆਪਣੇ ਚਿਰਾਗ ਨੂੰ ਨਾ ਬੁਝਾ ਦੇ। ਨਾ ਅਸੀਂ ਕਿੰਨਾ ਕੁ ਚਿਰ ਬੱਚਤਾਂ ਰੱਖਾਂਗੇ,
इस गल का कोई पक्का इलाज नहीं हो सकता। इलाज पक्का ही करांगे सतवंत कोरे, बहुत पक्का। कोई अमर नूं उत्थे भेजण दा बंदोबस्त करता जिथों कोई मुड़के नहीं आउंदा। अपनी जमीन वंडण दी नौबत भी नहीं आउणी। अच्छा हुण मैं समझ गई, जे पता लग गया तां सारी उम्र जेल च कट्टणी पऊ। मेरा जिगरी यार जवाला इन्नी होशियारी नाल काम करू, किसे नूं कन्नों कन्न खबर भी नहीं होनी। मैं तां कहिंदी उहनूं आपी अकल आजू, एडा वड्डा कदम ना चुको। नाले मैनूं तां जवाला बंदा ठीक नहीं लगदा, ਉਹ ਜਦੋਂ ਵੀ ਘਰੇ ਆਉਂਦਾ ਨਾ ਮੈਨੂੰ ਟੇਢੀ ਅੱਖ ਨਾਲ ਝਾਕਦਾ। ਬੜੀ ਗਰਮੀ ਆ ਓਏ ਸਾਲਿਆ, ਤੇਰੇ ਖੂਨ 'ਚ ਸਾਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ? ਭੱਜਦੇ ਗਿੱਦੜ ਹੁੰਦੇ ਆ, ਸ਼ੇਰ ਨਹੀਂ ਓ ਜਵਾਲਿਆ। ਓਏ ਸ਼ੇਰਾਂ ਨਾਲੋਂ ਤਾਂ ਚੰਗੇ ਰਹਿੰਦੇ ਨੇ ਜਿਹੜੇ ਭੱਜ ਨੱਠ ਕੇ ਘੱਟੋ ਘੱਟ ਆਪਦੀ ਜਾਨ ਤਾਂ ਬਚਾ ਲੈਂਦੇ ਨੇ। ਤਾਂ ਹੁਣ ਪਤਾ ਲੱਗੂ ਭੱਜਦਾ ਕੌਣ ਆ ਤੇ ਖੜਦਾ ਕੌਣ। ਬਾਈ ਬਾਈ ਕਤਰਾ, ਕਿਹਨੂੰ ਬੋਲ ਮਾਰਦਾ? ਆਪਦੇ ਭਰਾ ਕਤਰ ਨੂੰ ਮਾਰਲਾ ਮਾਰਲਾ ਹੋਰ ਮਾਰਲਾ। ਓਏ ਉਹਨੂੰ ਤੇਰੇ ਚਾਹੇ ਬੋਲ ਸੁਣ ਵੀ ਜਾਣ, ਉਹਨੇ ਤਾਂ ਵੀ ਨਹੀਂ ਆਉਣਾ। ਤੈਨੂੰ ਪਤਾ ਨਹੀਂ, ਤੈਨੂੰ ਮੈਂ ਨਹੀਂ ਉਹ ਖੁਦ ਮਰਵਾ ਰਿਹਾ। ਮੇਰਾ ਭਰਾ ਹੈ ਕਦੇ ਨਹੀਂ ਕਰ ਸਕਦਾ। 100 ਹਰਾਮੀਆਂ ਦਾ ਨਾਂ ਇੱਕ ਜਵਾਲਾ, ਤੇਰੇ ਖਿਲਾਫ ਉਹਦੇ ਮਨ 'ਚ ਮੈਂ ਜ਼ਹਿਰ ਭਰ ਦਿੱਤੀ, ਇਹ ਉਹੀ ਕਰਾ ਰਿਹਾ ਸਭ ਕੁਛ। ਤੇਰੇ ਪਿਓ ਨੇ ਬੜੀਆਂ ਕੀਤੀਆਂ ਮੇਰੇ ਨਾਲ, ਤੇਰੇ ਪਿਓ ਦਾ ਨਾਂ ਲੈਂਦੇ ਹੀ ਮੇਰੇ ਸੀਨੇ 'ਚ ਸੇਲੇ ਚੁੱਭਦੇ ਆ ਸੇਲੇ, ਤੇ ਹੁਣ ਤੂੰ ਕਰ ਵਿਖਾਈ। ਓਏ ਤੁਸੀਂ ਤਾਂ ਸਾਲਿਓ ਕਿਤੇ ਮੇਰਾ ਖੇੜਾ ਹੀ ਨਾ ਛੱਡਿਆ, ਹੁਣ ਭੁਗਤੋ। ਜ਼ਿਆਦਾ ਤੂੰ ਅੱਜ ਮੈਨੂੰ ਮਾਰ ਦੇ ਤੇ ਨਹੀਂ ਤੂੰ ਆਪਣਾ ਕਫਨ ਸਮਾਰਾ। ਬੜੀ ਕਾਹਲ ਹੈ ਮਰਨ ਦੀ, ਮੈਨੂੰ ਵੀ ਕਾਹਲ ਹੈ, ਪਤਾ ਕਿਉਂ? ਉਹ ਤੇਰੀ ਭਰਜਾਈ ਕੋਲੇ ਜਾਣਾ ਆਉਣਾ ਸੌਖਾ ਹੋਜੂ, ਬਈ ਬੜੀ ਸਿਰੇ ਦੀ। ਮੈਨੂੰ ਤਾਂ ਮਾਰ ਦੇਗਾ ਜਵਾਲਿਆ, ਪਰ ਮੇਰਾ ਭਰਾ ਹਲੇ। ਓਏ ਤੂੰ ਉੱਪਰ ਜਾ ਕੇ ਰਹਿਣ ਦਾ ਬੰਦੋਬਸਤ ਕਰ, ਉਹ ਵੀ ਤੇਰੇ ਮਗਰ ਮਗਰੀ ਆਇਆ। ਲਿਆ ਓਏ ਮੁੰਡਿਆ ਕੜਾਸਾ, ਨਿਬੇੜੀਏ ਸਾਲੇ ਦਾ ਕੰਮ, ਤੇਰੀ ਸੁਣ ਲਈ ਬਕ ਬਕ ਇਹਦੀ। ਬਾਈ ਜੇ ਕਹੇ ਤਾਂ ਕਰਦਿਆਂ ਘੋਗਾ ਚਿੱਤ, ਕਿਉਂ ਆਪਣੇ ਗੰਦੇ ਖੂਨ ਨਾਲ ਹੱਥ ਰੰਗਦਾ? ਇਹਨੂੰ ਚੱਕ ਕੇ ਸਾਲੇ ਨਹਿਲ 'ਚ ਮਾਰਦੇ ਆ। ਬੜਾ ਸਿਆਣਾ ਹੋ ਗਿਆ ਓਏ ਮੱਦੀ ਜਾਲਮਾ, ਮੈਂ ਤਾਂ ਆਖਿਆ ਸਾਲਾ ਕਿਤੇ ਸੁੱਥਣਾ ਸੁੰਘਣ ਜੋਗਾ ਹੀ ਆ। ਚਲੋ ਲੈ ਚਲੋ ਇਹਨੂੰ। ਆ ਲੈ ਬਾਈ ਤੇਰੇ ਵਾਲਾ ਕੰਡਾ ਜਾ ਤਾਂ ਕੜਤਾ, ਹੁਣ ਕਰ ਲੈ ਜਿੰਨੀ ਐਸ਼ ਹੁੰਦੀ ਹੈ। ਮੈਂ ਤੇਰਾ ਦੁੱਖ ਸਮਝਦਾ ਬਾਈ, ਪਰ ਅਰਜਨ ਨੇ ਕੌਰਵਾਂ ਨੂੰ ਕਿਉਂ ਮਰਵਾਇਆ ਸੀ? ਕਿਉਂਕਿ ਉਹ ਪਾਪੀ ਸੀ ਅਤੇ ਪਾਪ ਦਾ ਵਿਨਾਸ਼ ਜ਼ਰੂਰੀ ਹੁੰਦਾ। ਤੂੰ ਕੋਈ ਗਲਤੀ ਨਹੀਂ ਕੀਤੀ, ਸਗੋਂ ਪਾਪ ਦਾ ਖਾਤਮਾ ਕਰਵਾਇਆ। ਉਹ ਬਾਕੀ ਬਾਈ ਆਪਾਂ ਤਾਂ ਇੱਥੋਂ ਭੱਜੇ ਨਹੀਂ, ਜਦੋਂ ਮਰਜ਼ੀ ਬੋਰ ਮਾਰ ਲਈ। ਹੈਂ
ਉਹ ਗੱਲ ਤਾਂ ਤੇਰੀ ਠੀਕ ਹੈ ਬਾਈ। ਉਹ ਛੱਡ ਬਾਈ, ਜੋ ਹੋ ਗਿਆ ਸੋ ਹੋ ਗਿਆ, ਉਹਨੂੰ ਭੁੱਲ ਜਾ ਯਾਰ। ਆਉਣ ਵਾਲੇ ਨਜ਼ਾਰਿਆਂ ਬਾਰੇ ਸੋਚ। ਅਲਾ ਪੈਗ ਪਾ ਯਾਰ, ਤੂੰ ਪੈਗ ਫੜ ਲੈ ਫੜ। ਐਵੇਂ ਦਾਰੂ ਦਾ ਸਵਾਦ ਜਾਂ ਖਰਾਬ ਕਰੀ ਜਨ। ਬਾਈ ਭਾਬੀ ਨਜ਼ਰ ਨਹੀਂ ਆਉਂਦੀ, ਸੌਂਗੀ ਬੜੀ ਛੇਤੀ ਸੌਂਗੀ ਯਾਰ। ਓਏ ਉਹ ਤਾਂ ਯਾਰ ਤੁਹਾਡੇ ਵਾਸਤੇ ਰੋਟੀ ਬਣਾਈ ਜਾਂਦੀ ਹੈ ਸਾਡੇ ਲਈ। ਇੱਥੇ ਰੱਖ, ਅੱਜ ਆਊ ਸਵਾਦ। ਓਏ ਕੀ ਮਤਲਬ? ਓ ਮੇਰਾ ਮਤਲਬ ਯਾਰ ਭਰਜਾਈ ਦੇ ਹੱਥ ਦੀਆਂ ਰੋਟੀਆਂ ਖਾਣ ਦਾ। ਬਾਈ ਬੜੀ ਪੁਰਾਣੀ ਰੀਸ ਸੀ ਸਤਵੰਤ ਦੇ ਹੱਥ ਦੀਆਂ ਰੋਟੀਆਂ ਖਾਣ, ਕਦੇ ਪੂਰੀ ਨਹੀਂ ਹੋਈ। ਚੱਲ ਅੱਜ ਪੂਰੀ ਹੋ ਜੂਗੀ। ਉਹ ਜਵਾਲਿਆ ਜਰਾ ਸਮਝਦਾਰੀ ਰੱਖ। ਉਹ ਸਾਲੀ ਕੁੱਤੀ ਜਵਾਨ ਹੈ ਮੇਰੀ, ਬਸ ਚ ਨਹੀਂ ਰਹਿੰਦੀ। ਹੁਣੇ ਭਰਜਾਈ ਤੋਂ ਮਾਫੀ ਮੰਗ ਕੇ ਆਉਣਾ। ਚੱਲ ਛੱਡ ਪਰੇ, ਤੇਰੀ ਭਰਜਾਈ ਹੈ ਫਿਰ ਵੀ। ਚੱਲ ਠੀਕ ਹੈ, ਮੈਂ ਤਾਂ ਤੈਨੂੰ ਐਵੇਂ ਜਿਉਂਦਾ ਸੀ, ਐਵੇਂ ਨਾ ਡੱਕਿਆਂ ਦੇ ਉੱਠ ਨੂੰ ਖਿਲਾਰਦੀ। ਚੰਗਾ ਬਾਈ, ਮੈਂ ਤੁਹਾਡੇ ਲਈ ਹੁਣ ਰੋਟੀ ਲੈ ਕੇ ਆਉਣਾ। ਉਹ ਬਹਿ ਜਾ ਬਾਈ ਬਹਿ ਜਾ, ਇੱਥੇ ਹੀ ਖਾਵਾਂਗੇ ਰੋਟੀ। ਦੇਖ ਬਾਈ ਕਤਰਾ, ਅਸੀਂ ਤਾਂ ਸਾਰੇ ਛੜੇ ਸ਼ਾਂ ਤੇਰੇ ਸਾਹਮਣੇ, ਸਾਥੋਂ ਤਾਂ ਰੋਟੀਆਂ ਪੱਕਦੀਆਂ ਅਤੇ ਨਾ ਹੀ ਪਕਾਉਣੀਆਂ ਆਉਂਦੀਆਂ। ਵੇਲੇ ਕੁ ਵੇਲੇ ਮੰਨੀ ਤੇਰੇ ਘਰੋਂ ਹੀ ਖਾਇਆ ਕਰਾਂਗੇ। ਓ ਕੋਈ ਗੱਲ ਨਹੀਂ ਬਾਈ, ਤੇਰਾ ਆਪਣਾ ਹੀ ਘਰ ਆ ਇਹ। ਆ ਤਾਂ ਨਜ਼ਾਰਾ ਲਿਆਤਾ ਬਾਈ, ਮੈਂ ਤਾਂ ਦੁਪਹਿਰੇ ਵੀ ਇੱਥੇ ਹੀ ਛਕਿਆ ਕਰੂੰ, ਕਿਉਂਕਿ ਨਾ ਬਾਈ। ਚੰਗਾ ਬਾਈ, ਮੈਂ ਤੁਹਾਡੇ ਲਈ ਹੁਣ ਰੋਟੀ ਲੈ ਕੇ ਆਉਣਾ। ਓ ਬਹਿ ਜਾ ਬਾਈ ਬਹਿ ਜਾ। ਰੋਟੀ ਦੀ ਭੁੱਖ ਤਾਂ ਕੋਈ ਨਹੀਂ ਬਾਈ, ਪਰ ਭਰਜਾਈ ਦੇ ਦਰਸ਼ਨਾਂ ਦੀ ਭੁੱਖ ਨਹੀਂ। ਕੱਢ ਲਿਆ ਰਸੋਈ ਚੋਂ ਬਾਹਰ। ਓਏ ਉਹ ਤਾਂ ਬਾਈ ਵਿਹਲੀ ਨਹੀਂ, ਉਹ ਵੇਖ ਜਵਾਕ ਬਿਲਕੀ ਜਾਂਦਾ, ਤੇ ਤੁਸੀਂ ਚੱਲੋ ਹੁਣ ਘਰਾਂ ਨੂੰ। ਅੱਜ ਤਾਂ ਬਾਈ ਸਾਡੇ ਇੱਥੇ ਹੀ ਡੇਰੇ ਹੈ। ਮੈਂ ਕਿੱਥੇ ਹਾਂ, ਤੁਸੀਂ ਕੌਣ? ਮੇਰਾ ਨਾਮ ਸੁਖਦੀਪ ਹੈ, ਮੈਂ ਤੈਨੂੰ ਨਹਿਰ 'ਚੋਂ ਜ਼ਖਮੀ ਹਾਲਤ 'ਚੋਂ ਕੱਢ ਕੇ ਲਿਆ, ਹੁਣ ਤੂੰ ਠੀਕ ਹੈ? ਬਿਲਕੁਲ ਠੀਕ, ਘਬਰਾਉਣ ਦੀ ਕੋਈ ਲੋੜ ਨਹੀਂ। ਹਰਮੀਤ ਹਰਮੀਤ, ਆ ਦੇਖੋ ਬਾਈ ਨੂੰ ਹੋਸ਼ ਆ ਗਿਆ। ਜੋ ਦੂਰ ਕਰੇ ਉਹ ਮੇਲ ਵੀ ਆਪ ਕਰਾਉਂਦਾ ਏ, ਉਹੀ ਹੁੰਦਾ ਏ ਜੋ ਡਾਡੇ ਰੱਬ ਨੂੰ ਪਾਉਂਦਾ ਏ। ਬਾਕੀ ਹੁੰਦੀਆਂ ਨੇ ਦਿਲ ਤਾਂ ਦਿਲ ਨੂੰ ਰਾਵਾਨੀ, ਇੱਕ ਪਲ ਵੀ ਤੈਥੋਂ ਦੂਰ ਕਦੇ ਨਾ ਜਾਵਾਨੀ ਹਏ, ਇੱਕ ਪਲ ਵੀ ਤੈਥੋਂ ਦੂਰ ਕਦੇ ਨਾ ਜਾਵਾਨੀ। ਬਾਈ ਜੀ ਮੈਂ ਅਹਿਸਾਨ ਕਦੇ ਨਹੀਂ ਭੁੱਲ ਸਕਦਾ। ਉਹ ਵੀਰੇ ਇਹ ਅਹਿਸਾਨ ਨਹੀਂ, ਇਹ ਤਾਂ ਮੇਰਾ ਇਨਸਾਨੀਅਤ ਦੇ ਤੌਰ 'ਤੇ ਫਰਜ਼ ਸੀ। ਤੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ? ਮੈਂ ਇੰਨਾ ਬੁਜ਼ਦਲ ਵੀ ਨਹੀਂ ਕਿ ਖੁਦਕੁਸ਼ੀ ਕਰਾਂ, ਮਾਰਨਾ ਤਾਂ ਮੈਨੂੰ ਦੁਸ਼ਮਣ ਨੇ ਹੀ ਚਾਹਿਆ ਸੀ। ਦੁਸ਼ਮਣ? ਕੌਣ ਦੁਸ਼ਮਣ ਹੈ ਤੇਰਾ? ਮੇਰਾ ਦੁਸ਼ਮਣ ਤਾਂ ਮੇਰਾ ਭਰਾ ਹੀ ਬਣ ਗਿਆ, ਉਹਨੇ ਜਵਾਲੇ ਦੇ ਪਿੱਛੇ ਲੱਗ ਕੇ ਮੈਨੂੰ ਇਹਦਾ ਕਾਲ ਕੂਕ ਦਾ ਲੱਗਦਾ ਕਰਵਾ ਕੇ ਹਟੂ ਆਪਦੇ ਵਾਲੀ। ਨਾ ਕੋਈ ਮੇਰਾ ਆਪਣਾ, ਨਾ ਕੋਈ ਮੇਰਾ ਘਰ, ਮੈਂ ਤਾਂ ਲਾਚਾਰ ਹਾਂ ਬਾਈ ਜੀ, ਲਾਚਾਰ ਹਾਂ ਬਾਈ। ਬਾਈ ਜੀ ਹੁਣ ਮੈਂ ਆਪਣੇ ਪਿੰਡ ਜਾਣਾ ਚਾਹੁੰਦਾ। ਜਿੰਨੀ ਦੇਰ ਤੁਸੀਂ ਠੀਕ ਨਹੀਂ ਹੋ ਜਾਂਦੇ ਅਸੀਂ ਤੁਹਾਨੂੰ ਕਿਤੇ ਨਹੀਂ ਜਾਣ ਦੇਣਾ। ਹਰਮੀਤ ਮੈਂ ਕਹਿ ਰਿਹਾ ਇਹਨਾਂ ਲਈ ਦਵਾਈ ਲੈ ਆਉਣਾ, ਤੁਸੀਂ ਇਹਨਾਂ ਦਾ ਧਿਆਨ ਰੱਖੋ। ਅਮਰ ਆ ਕੀ ਹਾਲ ਬਣਾ ਲਿਆ ਤੂੰ? ਤੈਨੂੰ ਕਿਹਾ ਸੀ ਨਾ ਮੀਤਾ ਕਿ ਮੁੜ ਕੇ ਆ ਜੀ, ਮੈਂ ਰੁਲਜੂ, ਆ ਵੇਖ ਲਾ ਉਹੀ ਹਾਲ ਹੋਇਆ ਨਾ।
मैं बहुत कोशिश की, घरदियां दे तरले पाए, पर किसे ने नहीं सुनी मेरी। वड्डा भरा कहिंदा जे तू इस रिश्ते लई हां ना कीती तां मैं कुछ खा के मर जूं। तू ही दस अमर की करदी मैं। खैर जो हो गया सो ठीक हो गया मीता। सियाने कहिंदे हुंदे ना रब जो करदा ठीक करदा। वो तैनू खुश रखना चाहुंदा सी ते मेरा तां तैनू पता ही है की हाल होना सी। मैं तैनू खुश नहीं सी रख सकदा मीता, मैं तैनू खुश नहीं सी रख सकदा। रब दे वास्ते इहो जिहियां गल्लां ना कर मीता। तेरा हसबैंड तैनू खुश तां रखदा ना। ये बंदा तां रब दा रूप है, मेरा बहुत ख्याल रखदा। मीता मैनू इस गल की बहुत खुशी है कि तेरा हसबैंड तैनू खुश रखदा। जे आपां मिल भी जांदे तां शायद मैं तैनू इन्ना खुश ना रख सकदा। मैं अज बहुत खुश हाँ मीता, बहुत खुश। ओए कतरा, भाभी नू कह दुच पत्ती पाला, घरे प्रौहणे आए है। ओए जवालिया, हुण तू बाई तो ओए ते आ गया। ओए असी तेरे यार हैं ते यार यारा नू ओए नहीं कह सकते। ओए जवालिया, साडे घरे आके गंद ना पाया कर, साडी भी कोई इज्जत है। अच्छा, ता हुण साडे करके सरदार साहब दी इज्जत घटदी है ते जदो आप दा कंडा जा कढ़ाउणा सी उदो ता बड़ियां लाला चढ़दा सी। ओए ओए ओ ता मैनू तू पड़काया सी। इहनू कहिंदे आ 900 चूहे खा के बिल्ली हज नू चली। ओए जो होया बीतिया उहनू छड, पर इदों बाद जे मेरे घरे पैर पाया ना ता हिसाब ला ली। कुछ भी है कतरा, अक्सर यार ही कम आउंदे ने, पर मेरी भी सुन ला। असीं आए तां तेरी मर्जी नाल ते हुण जावांगे आपदी मर्जी, ओह भी तैनू खुंजे ला। ओए साल्या, तू कौन हुन्ना मैनू खुंजे लाउण वाला? जिवें तेरे छोटे भाई नू लाता उवें तैनू ला देंगे, साडे लिए कड़ा वड्डी गल है। उसने गलती कीती सी तां इह सब होया। कौन कहिंदे? गलती तां मैं बनाई। ओ जहर वाली शीशी मैं रखी सी उत्थे। जवालिया, मैं तेरा खून पीजूंगा, ना ये गलती नहीं करनी, हथले कर, नहीं तो मैं अपने साथियों कह के साले दी हड्डी पसली तड़वा दूं। ओए तैनू की मिल गया पापिया, असी तेरा की बिगाड़िया सी? थोड़े करके मेरा घर नहीं बसिया, तू मुझ सतवंत खोई खोई ते फिर तेरे भरा ने शामलाट खोली। ओ तुसी तां किते मेरा खड़ा ही नहीं छड्डिया, हुण भोगो साले भोगो। ओ मेरे घरों बाहर निकल जा जवालिया। अज तो मैं जाना कतरा, पर याद रखी जो दोबारा आया तां तेरी मौत बन के आऊंगा। सतवंत मेरी है, मैं तैनू खो के विखाऊंगा। ओए आ मैं की कर बैठा? तू मेरा भाई नहीं भाई, तू मेरा शरीक है, शरीक है, शरीक है। अपने अम्मा जाए भरा नू कीड़े मकौड़े दी तरह मरवा दा। ओए अमर नू उत्थे भेजण दा बंदोबस्त करता जिथों कोई मुड़के नहीं आउंदा। जवाले ने मेरी सज्जी बांह वढ़ती। ओ असी ऐसे तरीके नाल उहदा कंडा कढ़ांगे कि किसी नूं कन्नों कन्न खबर ही नहीं होनी। निक्के हुंदिआं दा साडा भरावां दा किन्ना मोह सी। जे अज मैं अमर दी मौत दा बदला ना लिया तां मेरी रूह नूं सुकून नहीं मिलना। नहीं, जे तू जवाले नू मारिया तेरा सारा परिवार रुलजू। फिर मैं की करा? तू पिंड छड जा। हाँ ये ठीक है, मैं पिंड छड जाना, नाले मैनू जवाले दा भी डर नहीं रहना। घटो घट जवाले दा डर तां ना रहू।
ਤੁਸੀਂ ਹਾਲੇ ਵੀ ਸੋਚ ਲਓ, ਆਪਣਾ ਘਰ ਆਪਣਾ ਹੀ ਹੁੰਦਾ, ਬਗਾਨੇ ਪਿੰਡ ਜਾ ਕੇ ਰਹਿਣਾ ਕੋਈ ਸੌਖੀ ਗੱਲ ਨਹੀਂ। ਸਤਵੰਤ, ਜਦੋਂ ਬੰਦਾ ਮਜਬੂਰ ਹੁੰਦਾ ਉਦੋਂ ਕੁਛ ਵੀ ਕਰ ਸਕਦਾ, ਆਹ ਪਿੰਡ ਛੱਡਣ ਨੂੰ ਮੇਰਾ ਜੀ ਤਾਂ ਨਹੀਂ ਕਰਦਾ, ਪਰ ਕੀ ਕਰਾਂ, ਹੁਣ ਹਾਲਾਤ ਹੀ ਇਹੋ ਜਿਹੇ। ਜਵਾਲਾ ਕੋਈ ਛੇਰ ਤਾਂ ਨਹੀਂ ਜਿਹੜਾ ਆਪਾਂ ਨੂੰ ਮੂੰਹ 'ਚ ਪਾ ਲਊਗਾ, ਆਪਾਂ ਪੁਲਿਸ ਕੋਲ ਰਿਪੋਰਟ ਲਿਖਾ ਦਿੰਦੇ ਹਾਂ। ਕਿਉਂ ਭੋਲੀਆਂ ਗੱਲਾਂ ਕਰਦੀਆਂ ਸਤਵੰਤ ਕੁਰੇ, ਪੁਲਿਸ ਦਾ ਤਾਂ ਨਾਂ ਵੀ ਨਾ ਲੈ, ਜੇ ਪੁਲਿਸ ਨੂੰ ਆਪਣੀ ਸਾਰੀ ਗੱਲ ਦਾ ਪਤਾ ਲੱਗ ਗਿਆ ਆਪਾਂ ਤਾਂ ਜਮਾਂ ਮਾਰੇ ਜਾਵਾਂਗੇ। ਦੇਖ ਲਓ ਜੀ, ਕਿੱਥੇ ਭਟਕਦੇ ਫਿਰਾਂਗੇ, ਮੇਰਾ ਤਾਂ ਮਨ ਨਹੀਂ ਮੰਨਦਾ। ਤੂੰ ਹਿੰਮਤ ਰੱਖ ਸਤਵੰਤ ਕੁਰੇ, ਆਪੇ ਉਹ ਵਾਹਿਗੁਰੂ ਭਲੀ ਕਰੂਗਾ। ਅਮਰ, ਤੂੰ ਤੰਦਰਾ ਕੀ ਹਾਲ ਬਣਾ ਰੱਖੇ? ਹਾਲ ਤਾਂ ਪੁੱਛੀ ਨਾ ਭਰਾਵਾ, ਹਾਲ ਤਾਂ ਮਾੜਿਆਂ ਤੋਂ ਵੀ ਮਾੜੇ ਹੋਏ ਪਏ। ਮੀਤਾਂ ਦਾ ਵਿਆਹ ਕਾਹਦਾ ਹੋ ਗਿਆ, ਜਮਾਂ ਰਾਂਝਾ ਹੀ ਬਣ ਗਿਆ। ਮੀਤਾਂ ਤਾਂ ਮੈਨੂੰ ਕਿਹੜਾ ਦੁੱਖ ਦਿੱਤਾ ਸੁੱਖਿਆ, ਦੁੱਖ ਤਾਂ ਹੋਰ ਹੀ ਬਥੇਰੇ ਆ। ਅਤੇ ਹੋਰ ਕਿਹੜੀ ਡੂੰਘੀ ਸੱਟ ਲੱਗ ਗਈ ਜਿਹਨੇ ਐਡਾ ਵੱਡਾ ਦੁੱਖ ਲਾਤਾ? ਹੁਣ ਤਾਂ ਬਾਈ ਕੱਤਰ ਦੇ ਵੀ ਔਲਾਦ ਹੋ ਗਈ। ਬਾਈ ਕੱਤਰ ਦੇ ਘਰ ਔਲਾਦ ਹੋਈ ਦਾ ਤਾਂ ਮੈਨੂੰ ਵੀ ਬਹੁਤ ਚਾਹ, ਪਰ ਬਾਈ ਨੇ ਤਾਂ ਮੈਨੂੰ ਇੱਕ ਸ਼ਰੀਕ ਦਾ ਨਾਂ ਦਿੱਤਾ ਸੁੱਖਿਆ। ਅੱਜ ਪਤਾ ਲੱਗਿਆ ਕਿ ਪਲਾਂ 'ਚ ਆਪਣੇ ਕਿਵੇਂ ਬਗਾਨੇ ਹੁੰਦੇ ਆ। ਹਾਲ ਤਾਂ ਬਾਈ ਕੱਤਰ ਦੇ ਵੀ ਮਾੜੇ ਆ, ਮੈਂ ਤਾਂ ਸੁਣਿਆ ਜਵਾਲੇ ਤੋਂ ਤੰਗ ਆ ਕੇ ਉਹ ਪਿੰਡ ਛੱਡਣ ਨੂੰ ਫਿਰਦਾ। ਹੈਂ, ਨਹੀਂ ਸੁੱਖਿਆ, ਇਹ ਨਹੀਂ ਹੋ ਸਕਦਾ। ਹੁਣ ਬਾਈ ਕੱਤਰ ਨੂੰ ਨਹੀਂ, ਹੁਣ ਤਾਂ ਜਵਾਲੇ ਨੂੰ ਇਹ ਦੁਨੀਆ ਛੱਡ ਕੇ ਜਾਣੀ ਪਊ ਸੁੱਖਿਆ। ਉਹ ਨਹੀਂ ਅਮਰ, ਆਪਾਂ ਐਸਾ ਕੁਛ ਨਹੀਂ ਕਰਨਾ, ਹੁਣ ਤੂੰ ਆ ਗਿਆ ਸਭ ਠੀਕ ਹੋਜੂ, ਠੀਕ ਹੋਜੂ ਸਭ। ਕੁਛ ਨਹੀਂ ਠੀਕ ਹੁੰਦਾ ਸੁੱਖਿਆ, ਹੁਣ ਤਾਂ ਸਭ ਕੁਛ ਮੈਨੂੰ ਠੀਕ ਕਰਨਾ ਪਊ। ਤੂੰ ਬੈਠ, ਮੈਂ ਨੱਕਾ ਬਦਲ ਕੇ ਆਉਣਾ, ਫਿਰ ਪਿੰਡ ਚੱਲਦੇ ਹਾਂ। ਆ ਸਤਵੰਤ ਕੁਰੇ, ਹੁਣ ਤਾਂ ਜਾਣਾ ਹੀ ਪਊ। ਓਏ ਲੈ ਬਈ ਮੱਦੀ ਜਾਲਮਾ, ਕੱਤਰ ਦਾ ਘੋਗਾ ਜਾ ਚਿੱਤ ਕਰਨ ਤੋਂ ਬਾਅਦ ਸਤਵੰਤ ਭਾਈ, ਬਾਈ ਅਮਰ ਦਾ ਪੂਤ, ਬਾਈ ਅਮਰ ਦਾ ਪੂਤ। ਬਾਈ ਇਹ ਪੂਤ ਨਹੀਂ, ਇਹ ਸਬੂਤ ਹੈ, ਸਬੂਤ। ਓ ਸਾਲਿਓ, ਕੀ ਬਕਵਾਸ ਕਰੀ ਜਾਂਦੇ ਹੋ, ਮੇਰਾ ਡੰਗਿਆ ਬੰਦਾ ਬਚ ਗਿਆ, ਇਹ ਹੋ ਹੀ ਨਹੀਂ ਸਕਦਾ। ਹੋ ਕਿਉਂ ਨਹੀਂ ਸਕਦਾ, ਤੂੰ ਮੇਰੇ ਹੱਥੋਂ ਜੋ ਮਰਨਾ। ਜੇ ਉਦੋਂ ਬਚ ਗਿਆ ਤੇ ਹੁਣ ਨਹੀਂ ਬਚੇਗਾ ਓਏ। Ah!
अमन अमन आ की हो गया भाई। ये तो भाई जो होना सी हो गया भाई। अभी मेरा तेन अपने माई समझ सी पर मां पिता बिच बहुत फर्क हुंदा। मैं तो ते तू मां बीवी मंगन जोगी। मैं तो तेनू भी अपना भरा नहीं जो समझ सी पर तू घरां दे पिछे लग के मैनू शरीक बनाता। भाई अमर ए सब कुत्ते दवाले करके हो गया भाई। सुखिया इन्होंने तंज कर बखाई और ठीक है पर तू इन्होंने मेरे जान पिछे तू इन्होंने ख्याल रखी। ना यारा यारियां तोड़ के ना जावे यारियां तोड़ के। भाई ओ लोको ओ एक गलत फहमी ने साडा घर पटता वे। ओ मैनू पता नहीं लग्या अपने अपने हुंदे आ बगाने बगाने हुंदे आ भाई।